सत श्री अकाल, तुसीं देख रहे हो तख्त पंजाब। मैं तुहाडे नाल सुखविंदर सिंह, मेरे नाल उगे सियासी मार मालविंदर सिंह माली मौजूद ने। वड्डियां खबरां उत्ते चर्चा करांगे ते खबर सीधी सीधी पंजाब दे हितां दे नाल जुड़ी है। स्वागत है तुहाडा माली साहब। सत श्री अकाल सुखविंदर जी। सत श्री अकाल माली साहब। चंडीगढ़ ते हक किहदा आ? हरियाणे वाले कहिंदे कि साडा, पंजाब वाले कहिंदे कि साडा आ। मता पास किया गया मुख्यमंत्री भगवंत सिंह मान वालों, पर उधर हरियाणे दे विच भी जिहड़ी सियासी लीडरशिप है वह हरकत दे विच आई। खट्टर साहब नूं कहा जा रहा कि तुसीं भी मता लैके आओ, ते कहण वाले कौन ने? उहने कांग्रेस वाले, उही कांग्रेस वाले जिहड़े पंजाब दे विच इहदे हक दे विच ने, पर हरियाणे दे विच कांग्रेस की पोजिशन जिहड़ी है वह कुछ होर बयान करदी है। सुखविंदर जी, असल दे विच जदों असीं किसे मसले की जड़ नूं हथ ना पाईए ना, फिर ओहदे विच इहनां जी औकड़ां आउंदियां हुंदियां ने। जड़ उत्थे पई आ कि पंजाबी सूबा बनाया नहीं, पंजाब वंडिया। जो संविधानक धरावां मद्दां निजम भारत दे विच दूजे सूबयां नूं बनाउण लई लागू कीते गए ने, ओह पंजाबी सूबा बनाउण वेले ताक ते रखते, उहनां दे उल्ट कम कीता, पंजाब तों गैर संविधानक तौर ते पंजाब दे हक खोहे, जिहदे विच कुदरती साधना दी मालकी भी आ, जिहदे विच जिहड़ी मास स्टेट हुंदी आ जिहचों नवां सूबा बणदा उहनूं राजधानी देण दी वी गल आ, जिहदे विच जिहड़ी बोली दे आधार ते सूबा बणदा ओह बोली दे इलाके ओह तों बाहर रखण दी वी गल आ। मैनूं याद आ कि जदों अकाली दल दी जदों पंजाबी सूबा बणिआ ਤਾਂ ਵੀਰ ਦਵਿੰਦਰ ਸਿੰਘ ਇੱਕ ਸੈਮੀਨਾਰ 'ਚ ਬੋਲ ਰਹੇ ਸੀ ਕਿ ਜਦੋਂ ਇਹ ਐਕਟ ਆਇਆ ਸਾਹਮਣੇ, ਸਾਰੀ ਅਕਾਲੀ ਲੀਡਰ ਦੇ ਸ਼ਿਪ ਦੇ ਸਿਰ ਤੇ 100 ਘੜਾ ਪਾਣੀ ਦਾ ਪੈ ਗਿਆ। ਸਾਰਾ ਦਿਨ ਚੰਡੀਗੜ੍ਹ ਬੈਠੇ ਵਿਚਾਰਾ ਕਰਦੇ ਰਹੇ ਵੀ ਇਹਦਾ ਹੁਣ ਕੀ ਕਰੀਏ, ਆਪਾਂ ਤਾਂ ਪੱਟ ਤੇ, ਆਪਾਂ ਤਾਂ ਮਾਰ ਤੇ, ਜੋ ਕੁਛ ਇਹਦੇ ਔਗਣ ਸੀ ਗਣਾਉਂਦੇ ਰਹੇ। ਕਹਿੰਦੇ ਫਿਰ ਅਕਾਲੀ ਪੱਤਰਿਕਾ ਦਾ ਸੰਪਾਦਕ ਅਮਰ ਸਿੰਘ ਦਸਾਂਝ ਬੋਲਿਆ ਵੀ ਜੋ ਮਿਲਦਾ ਲੈ ਲਓ, ਸਿੱਖਾਂ ਦੀ ਬਹੁ ਗਿਣਤੀ ਵਾਲਾ ਸੂਬਾ, ਆਪਣੀ ਸਰਕਾਰ ਬਣੂਗੀ, ਸਰਕਾਰ ਬਣ ਕੇ ਆਪਾਂ ਇਹਨਾਂ ਖਾਤਰ ਫੇਰ ਲੜ ਲਾਂਗੇ। ਉਹਦੀ ਕਹਿੰਦੇ ਕਾਂਟਾ ਬਦਲ ਗਏ, ਸਾਰੇ ਬੋਲੇ ਸੋ ਨਿਹਾਲ ਦੇ ਜਕਾਰੇ ਲੱਗ ਗਏ, ਸਕੱਤਰੇ ਤੇ ਦਰਬਾਰ ਸਾਹਿਬ ਦੇ ਵਿੱਚ ਦੀਪ ਮਾਲਾ ਕਰ ਲਈ। ਉਦੋਂ ਬਾਅਦ ਇਹਨਾਂ ਹੱਕਾਂ ਲਈ ਮਾੜੀ ਮੋਟੀ ਲੜਾਈ ਲੜਦਾ ਰਿਹਾ ਅਕਾਲੀ ਦਲ। ਅਕਾਲੀ ਦਲ ਵੱਲੋਂ ਰਿੱਟ ਵੀ ਪਵਾਈ ਗਈ, ਜਥੇਦਾਰ ਗੁਰਚਰਨ ਸਿੰਘ ਟੌੜਾ ਨੇ ਦਬਾਅ ਪਾ ਕੇ ਸੁਪਰੀਮ ਕੋਰਟ ਦੇ ਵਿੱਚ ਵੀ ਸੰਵਿਧਾਨ ਦੇ ਅਨੁਸਾਰ ਸਾਡੇ ਸੂਬੇ ਤੋਂ ਜਿਹੜੇ ਹੱਕ ਖੋਹੇ ਨੇ ਉਲੰਘਣਾ ਕਰਕੇ ਉਹ ਦਿੱਤੇ ਜਾਣ। ਫਿਰ ਉਹ ਦਰਬਾਰਾ ਸਿੰਘ ਤੋਂ ਵਾਪਸ ਕਰਾਤੀ ਰਿੱਟ, ਫਿਰ ਦਰਬਾਰ ਸਾਹਿਬ ਦੇ ਵਿੱਚ ਆਨੰਦਪੁਰ ਦੇ ਮਤੇ ਲਈ ਮੋਰਚਾ ਲੱਗਿਆ ਜਿਹਦੇ ਵਿੱਚ ਇਹ ਸਾਰੀਆਂ ਮੰਗਾਂ ਸੀ, ਤੇ ਰਾਜੀਵ ਲੌਂਗੋਵਾਲ ਸਮਝੌਤਾ ਹੋਇਆ ਜਿਹਦੇ ਵਿੱਚ ਕਲੀਅਰ ਕੱਟ ਲਿਖਿਆ ਗਿਆ ਕਿ 26 ਜਨਵਰੀ 1986 ਨੂੰ ਚੰਡੀਗੜ੍ਹ ਪੰਜਾਬ ਦਾ ਹੋ ਜਾਵੇਗਾ। ਜਦੋਂ 1966 ਦੇ ਵਿੱਚ ਉਦੋਂ ਮੰਨਿਆ ਇਹੀ ਗਿਆ ਵੀ ਇਹ ਪੰਜਾਬ ਦੀ ਰਾਜਧਾਨੀ ਆ, ਪਰ ਕਿਉਂਕਿ ਰੌਲਾ ਸੀ ਹਰਿਆਣੇ ਦੀ ਨਵੀਂ ਰਾਜਧਾਨੀ ਬਣਾਉਣੀ ਸੀ, ਉਹਨਾਂ ਨੂੰ ਪੈਸਿਆਂ ਦੇਣ ਦਾ ਪ੍ਰਬੰਧ ਕਰਨਾ ਸੀ ਜਿਵੇਂ ਤੇਲੰਗਾਨਾ ਦੇ ਵਿੱਚ ਵੀ ਕੀਤਾ, ਇਸ ਕਰਕੇ ਸਿਰਫ 5 ਸਾਲ ਲਈ ਚੰਡੀਗੜ੍ਹ ਦਾ ਪ੍ਰਬੰਧ ਸੀ ਜਿਹੜਾ ਉਹ ਕੇਂਦਰ ਸਰਕਾਰ ਕੋਲ ਸੀ। ਇਹ ਕੇਂਦਰ ਸ਼ਾਸਿਤ ਪ੍ਰਦੇਸ਼ ਬਿਲਕੁਲ ਨਹੀਂ ਰਿਹਾ ਕਦੇ ਵੀ, ਜਿਵੇਂ ਆਪਾਂ ਕਹਿ ਦਿੰਦੇ ਹਾਂ ਨਾ ਯੂਨੀਅਨ ਟੈਰੀਟਰੀ, ਦੂਜੀਆਂ ਯੂਨੀਅਨ ਟੈਰੀਟਰੀਆਂ ਵਰਗੀਆਂ ਨਹੀਂ ਸੀ। ਇਸੇ ਕਰਕੇ ਅਸੀਂ ਵੀ ਜਦੋਂ ਤੱਕ ਫਾਈਨਲ ਨਹੀਂ ਹੁੰਦਾ ਉਦੋਂ ਤੱਕ ਸਿਸਟਮ ਸਾਰਾ ਹਰਿਆਣਾ ਦੀ ਸਾਂਝੀ ਰਾਜਧਾਨੀ ਹੋਊ। ਸਾਂਝੀ ਰਾਜਧਾਨੀ ਕੇਂਦਰੀ ਸ਼ਾਸਿਤ ਪ੍ਰਦੇਸ਼ ਕਿਵੇਂ ਬਣ ਗਿਆ ਜੀ? ਉਹਦੇ ਵਿੱਚ ਫਿਰ ਇਹ ਸੀ ਵੀ 60-40 ਦੀ ਰੇਸ਼ੋ ਆ ਜਿਹੜੀ, ਉਹਦੇ ਨਾਲ ਮੁਲਾਜ਼ਮ ਅਫਸਰ ਉਹ ਸਾਰੇ ਹੋਣਗੇ। ਇਹ ਗੱਲ ਸੀ ਜਿਹੜੀ ਇਹ ਤੈਅ ਹੋਈ ਹੋਈ ਸੀ। ਇਸੇ ਕਰਕੇ ਜਿਹੜਾ ਕੱਲ ਵਿਧਾਨ ਸਭਾ ਦੇ ਵਿੱਚ ਮਤਾ ਪੇਸ਼ ਕੀਤਾ ਗਿਆ, ਜੋ ਭਾਸ਼ਣ ਦਿੱਤੇ ਗਏ ਨੇ, ਖਾਸ ਕਰਕੇ ਮੁੱਖ ਮੰਤਰੀ ਸਾਹਿਬਾਨ ਭਗਵੰਤ ਸਿੰਘ ਮਾਨ ਜਿਵੇਂ ਬੋਲੇ ਨੇ, ਫੈਡਰਲ ਢਾਂਚੇ ਤੇ ਹਮਲਾ, ਲਗਾਤਾਰ ਹੱਕ ਖੋਹੇ ਜਾ ਰਹੇ ਨੇ, ਭਾਸ਼ਣ ਤਾਂ ਵਧੀਆ ਨੇ ਪਰ ਜਿਹੜਾ ਮਤਾ ਪੇਸ਼ ਕੀਤਾ ਗਿਆ ਉਹ ਬੜਾ ਕੋਈ ਵਧੀਆ ਮਤਾ ਨਹੀਂ ਹੈ, ਬੈਲਟ ਡਰਾਫਟਰ ਨਹੀਂ ਹੈ, ਜਿਹਦੇ ਵਿੱਚ ਪੂਰੀ ਇਹ ਜਿਹੜੀ ਪਿਛੋਕੜ ਵਾਲੀ ਭੂਮਿਕਾ ਸੀ ਉਹ ਉਸ ਤਰ੍ਹਾਂ ਨਹੀਂ ਬੰਨੀ ਗਈ। ਸਿਰਫ ਉੱਥੇ ਫੋਕਸ ਆ ਜਿਹੜਾ ਉਹ ਜਿਹੜਾ ਕੇਂਦਰੀ ਕਾਨੂੰਨ ਲਾਗੂ ਹੋਏ ਨੇ ਉਹ ਤੇ ਬੇਲੋੜਾ ਫੋਕਸ ਕੀਤਾ ਗਿਆ, ਉਹਦੇ ਆਧਾਰ ਤੇ ਵੱਡੇ ਸਿੱਟੇ ਕੱਢੇ ਗਏ ਨੇ ਉਹ। ਹਾਲਾਂਕਿ ਗੱਲ ਛੋਟੀ ਆ, ਗਲਤ ਹੋਣ ਦੇ ਬਾਵਜੂਦ ਗੱਲ ਉਹ ਐਡੀ ਵੱਡੀ ਨਹੀਂ ਸੀ।
ਇਹਨੂੰ ਚੱਕ ਕੇ ਬੁਨਿਆਦੀ ਮੁੱਦਾ ਸੀ ਜਿਹੜਾ ਖਿੜਿਆ ਫੁੱਲ ਗੁਲਾਬ ਦਾ ਚੰਡੀਗੜ੍ਹ ਪੰਜਾਬ ਦਾ ਉੱਥੋਂ ਚੱਕਣਾ ਚਾਹੀਦਾ ਸੀ। ਇਹ ਸਾਰੀਆਂ ਜਿਹੜੀਆਂ ਗੱਲਾਂ ਆਪਾਂ ਹੁਣ ਕਰ ਰਹੇ ਹਾਂ ਇਹ ਮਤੇ ਦੇ ਵਿੱਚ ਲਿਖੀਆਂ ਜਾਣੀਆਂ ਚਾਹੀਦੀਆਂ ਸੀ। ਇਸ ਕਰਕੇ ਭਾਸ਼ਣ ਬਹੁਤ ਵਧੀਆ ਨੇ ਪਰ ਰਾਸ਼ਨ ਆ ਜਿਹੜਾ ਉਹਨਾਂ ਕੰਮ ਦਾ ਨਹੀਂ ਹੈ ਜਿਹਦੇ ਕਰਕੇ ਮੌਕਾ ਮਿਲ ਰਿਹਾ ਗੱਲਾਂ ਕਰਨ ਦਾ ਹਰਿਆਣੇ ਦੇ ਆਗੂਆਂ ਨੂੰ ਕਾਂਗਰਸ ਦੇ ਆਗੂਆਂ ਨੂੰ। ਜਿਹੜੀ ਬੁਨਿਆਦੀ ਧਾਰਨਾ ਸੀ ਜਿਵੇਂ ਡਾਕਟਰ ਗਰਗ ਸਾਹਿਬ ਨੇ ਬੜਾ ਚੰਗੀ ਤਰ੍ਹਾਂ ਐਕਸਪਲੇਨ ਕੀਤਾ ਤੁਹਾਡੇ ਨਾਲ ਇਸ ਮਸਲੇ ਤੇ ਬਹਿਸ ਕਰਦੇ ਹੋਏ ਉਹ ਪੂਰੀ ਤਰ੍ਹਾਂ ਮਤੇ ਦੇ ਵਿੱਚ ਗੁੰਦਿਆ ਨਹੀਂ ਗਿਆ ਜਿਹਦੇ ਕਰਕੇ ਅਗਲੀ ਜਿਹੜੀ ਲਾਈਨ ਆ ਲਾਈਨ ਬੈਟਲ ਲਾਈਨ ਜਿਹਨੂੰ ਕਹਿ ਦਈਏ ਸੰਘਰਸ਼ ਦੀ ਰੂਪ ਰੇਖਾ ਜਿਹਦੇ ਵੱਲ ਸੁਖਪਾਲ ਸਿੰਘ ਖਹਿਰਾ ਨੇ ਬੜੇ ਠੋਸ ਰੂਪ ਦੇ ਵਿੱਚ ਗੱਲ ਕੀਤੀ ਆ। ਪ੍ਰਗਟ ਸਿੰਘ ਨੇ ਵੀ ਗੱਲ ਜਿਵੇਂ ਕਹਿੰਦੇ ਕੁੱਜੇ ਚ ਸਮੁੰਦਰ ਬੰਦ ਕਰਤਾ ਉਹਨੇ ਬਖਸ਼ਿਆ ਵੀ ਕੋਈ ਨੀ ਤੇ ਛੱਡਿਆ ਵੀ ਕੋਈ ਨੀ। ਇਸ ਤਰ੍ਹਾਂ ਇਸ ਲਾਈਨ ਦੇ ਵਿੱਚ ਜੇ ਪੰਜਾਬ ਦੀ ਸਿਆਸੀ ਲੀਡਰਸ਼ਿਪ ਤੁਰੇਗੀ ਉਹਨਾਂ ਸਾਰੀਆਂ ਗੱਲਾਂ ਤੋਂ ਕਿਉਂਕਿ ਜ਼ਰੂਰੀ ਆ ਜਿਹੜਾ ਵਿਚਾਰਧਾਰਕ ਤੇ ਸਿਆਸੀ ਘਚੋਲਾ ਪਾਇਆ ਜਾ ਰਿਹਾ ਇਹਨੂੰ ਦੂਰ ਕਰਨ ਲਈ ਇੱਕ ਲਾਈਨ ਇੱਕ ਸੋਚ ਇੱਕ ਸਮਝ ਆ ਜਿਹੜੀ ਉਹ ਪੰਜਾਬ ਦੀਆਂ ਜਿਹੜੀਆਂ ਪਾਰਟੀਆਂ ਨੇ ਮਤਾ ਸਰਬਸੰਮਤੀ ਨਾਲ ਪਾਸ ਕੀਤਾ ਉਹਨਾਂ ਨੂੰ ਸਾਂਝੀ ਸੋਚ ਸਾਂਝੀ ਵਿਆਖਿਆ ਲੈਣੀ ਪੈਣੀ ਆ ਤਾਂ ਕਿ ਇਹ ਵਿਚਾਰਕ ਲੜਾਈ ਵੀ ਅਮਲੀ ਲੜਾਈ ਆ ਜਿਹੜੀ ਇਹ ਸਹੀ ਸੇਧ ਅਖਤਿਆਰ ਕਰ ਸਕੇ। ਇਹ ਕੋਈ ਹਰਿਆਣੇ ਦੇ ਨਾਲ ਲੜਾਈ ਨਹੀਂ ਇਹ ਕਿਸੇ ਹੋਰ ਸੂਬੇ ਦੇ ਨਾਲ ਲੜਾਈ ਨਹੀਂ ਇਹ ਹਰਿਆਣੇ ਦੇ ਵੀ ਹੱਕ 'ਚ ਇਹੀ ਆ ਕਿ ਉਹਦੇ ਕੇਂਦਰ ਦੇ ਵਿੱਚ ਰਾਜਧਾਨੀ ਬਣੇ ਦਿੱਲੀ ਬਣਾ ਕੇ ਦੇਵੇ ਜਿਵੇਂ ਹੋਰਾਂ ਸੂਬਿਆਂ ਨੂੰ ਨਵਿਆਂ ਨੂੰ ਬਣਾ ਕੇ ਦਿੱਤੀਆਂ ਨੇ। ਹਰਿਆਣੇ ਦੇ ਲੋਕਾਂ ਦਾ ਵੀ ਫਾਇਦਾ ਉਹ ਪੰਜਾਬ ਦੇ ਲੋਕਾਂ ਦਾ ਵੀ ਫਾਇਦਾ ਇਸ ਦਿਸ਼ਾ 'ਚ ਕਦਮ ਚੱਕਣੇ ਚਾਹੀਦੇ ਨੇ। ਇਸ ਬਿਆਨਬਾਜ਼ੀ ਜਿਹੜਾ ਇਹ ਤਾਂ ਇਹਨਾਂ ਦੀਆਂ ਆਪਣੀਆਂ ਸੌੜੀਆਂ ਸਿਆਸੀ ਗਰਜ਼ਾਂ ਨੇ ਜਿਹੜੀਆਂ ਨਾ ਪੰਜਾਬ ਦੇ ਹਿੱਤ 'ਚ ਨੇ ਨਾ ਹਰਿਆਣੇ ਦੇ ਹਿੱਤ 'ਚ ਨੇ ਇਸ ਕਰਕੇ ਘਚੋਲਾ ਪਾਇਆ ਜਾ ਰਿਹਾ। ਇਹ ਧੁੰਦਲਕਾ ਸਾਫ਼ ਕਰਨ ਲਈ ਪੰਜਾਬ ਨੂੰ ਬਹੁਤ ਦੋ ਟੁੱਕ ਤੇ ਸਪਸ਼ਟ ਪੋਜੀਸ਼ਨਾਂ ਲੈਣੀਆਂ ਚਾਹੀਦੀਆਂ ਨੇ। ਜੀ ਜੀ ਮਾਲਿਕ ਸਾਹਿਬ ਜਦੋਂ ਮੈਂ ਜਿਵੇਂ ਕਾਂਗਰਸ ਦੀ ਗੱਲ ਕੀਤੀ ਸੀ ਮੈਂ ਚਾਹੁੰਦਾ ਇਹਨੂੰ ਥੋੜਾ ਹੋਰ ਖੋਲਣ ਦੀ ਲੋੜ ਹੈ ਕਿ ਕਾਂਗਰਸ ਦੀ ਜਿਹੜੀ ਕੇਂਦਰੀ ਲੀਡਰਸ਼ਿਪ ਹੈ ਪਹਿਲਾਂ ਤਾਂ ਇਹੀ ਕਿਹਾ ਜਾਂਦਾ ਸੀ ਕਿ ਇਹਨਾਂ ਨੇ ਮਤਰੇਈ ਮਾਲੇ ਸਲੂਕ ਕੀਤੇ ਪੰਜਾਬ ਦੇ ਨਾਲ ਇਸੇ ਕਰਕੇ ਅੱਜ ਪੰਜਾਬ ਖਾਮਿਆਜ਼ਾ ਭੁਗਤ ਰਿਹਾ ਤੇ ਹੁਣ ਵੀ ਉਹ ਜੇ ਸਟੈਂਡ ਲੈ ਲੈਣੇ ਕਿਤੇ ਨਾ ਕਿਤੇ ਇਸ ਗੱਲ ਨੂੰ ਲੈ ਕੇ ਸੰਘੀ ਢਾਂਚੇ ਦੀ ਜੇ ਗੱਲ ਇਹ ਦੂਜਿਆਂ ਨੂੰ ਕਹਿੰਦੇ ਨੇ ਤਾਂ ਆਪ ਵੀ ਸੰਘੀ ਘੁੱਟਦੇ ਪਹਿਲਾਂ ਰਹੇ ਨੇ ਤੇ ਹੁਣ ਵੀ ਅੱਗੋਂ ਘੁੱਟਣ ਦੇ ਇਸ਼ਾਰੇ ਕਰ ਰਹੇ ਨੇ ਕਿ ਨਾ ਬੋਲਣਾ ਇਸ ਮਸਲੇ ਤੇ ਜਾਂ ਤਾਂ ਸਟੈਂਡ ਕਲੀਅਰ ਕਰ ਦੇਣਾ ਚਾਹੀਦਾ ਕਿ ਉਹ ਪੰਜਾਬ ਨੂੰ ਲੈ ਕੇ ਕੀ ਸੋਚਦੇ ਨੇ ਨਹੀਂ ਤਾਂ ਪੰਜਾਬ 'ਚ ਕੁੱਝ ਹੋਰ ਹਰਿਆਣੇ 'ਚ ਕੁੱਝ ਹੋਰ ਤੇ ਦਿੱਲੀ 'ਚ ਕੁੱਝ ਹੋਰ। ਇਹੀ ਆ ਨਾ ਜਦੋਂ ਤੁਸੀਂ ਅਸੂਲ ਪ੍ਰਸਤ ਨਾ ਹੋਵੋ ਸਪਸ਼ਟ ਸਟੈਂਡ ਨਾ ਲੈਣਾ ਹੋਵੇ ਸਿਆਸੀ ਰੋਟੀਆਂ ਸਿੱਕਣੀਆਂ ਹੋਣ ਫਿਰ ਇਹੀ ਜੀ ਜਿਹਨੂੰ ਕਹਦੀ ਆਪਾਂ ਡਰਾਮੇਬਾਜ਼ੀ ਇਹ ਹੁੰਦੀ ਆ। ਸਾਰੇ ਕੰਡੇ ਇਹ ਕਾਂਗਰਸ ਦੀ ਬੀਜੇ ਹੋਏ ਨੇ ਇਹ ਗੱਲ ਸਮਝਣ ਦੀ ਲੋੜ ਆ। ਅੱਜ ਠੀਕ ਆ ਰਾਹੁਲ ਗਾਂਧੀ ਨੇ ਭਾਸ਼ਣ ਦਿੱਤਾ ਲੋਕ ਸਭਾ 'ਚ ਭਾਸ਼ਣ ਦੇਤਾ ਇੰਡੀਆ ਇਜ਼ ਨਾਟ ਏ ਸਟੇਟ ਨੇਸ਼ਨ ਭਾਰਤ ਆ ਜਿਹੜਾ ਉਹ ਰਾਜਾਂ ਦਾ ਸੰਘ ਆ ਰਾਜਾਂ ਨਾਲ ਸਾਡਾ ਇੱਕ ਸਮਝੌਤਾ ਉਹਨਾਂ ਨਾਲ ਗੱਲਬਾਤ ਕੀਤੇ ਬਿਨਾਂ ਅਸੀਂ ਉਹਨਾਂ ਤੇ ਕੋਈ ਥੋਪ ਨਹੀਂ ਸਕਦੇ। ਕਸ਼ਮੀਰ ਦਾ ਕਿਸੇ ਨੇ ਜ਼ਿਕਰ ਕੀਤਾ ਉਹਦੇ ਬਾਰੇ ਵੀ ਉਹਨੇ ਕਿਹਾ ਹਾਂ ਕਸ਼ਮੀਰ ਨਾਲ ਵੀ ਸਾਡਾ ਸਮਝੌਤਾ ਉਹ ਵੀ ਅਸੀਂ ਥੋਪ ਨਹੀਂ ਸਕਦੇ। ਪਰ ਉਹ ਭਾਸ਼ਣ ਜੇ ਭਾਸ਼ਣ ਰਹਿ ਜੂ ਇਕੱਲਾ ਜ਼ਿਕਰ ਕਰਨ ਨੂੰ ਜੇ ਉਹਦੇ ਅਨੁਸਾਰ ਪਾਰਟੀ ਲਾਈਨ ਪਾਰਟੀ ਫੈਸਲੇ ਜਾਂ ਸੂਬਿਆਂ ਦੀਆਂ ਪਾਰਟੀਆਂ ਨੂੰ ਉਹਨਾਂ ਲਾਈਨਾਂ ਤੇ ਨਹੀਂ ਲਾਮਬੰਦ ਕੀਤਾ ਜਾਊਗਾ ਫਿਰ ਉਹਦਾ ਕੋਈ ਬਾਹਲਾ ਫਾਇਦਾ ਨਹੀਂ ਹੋਣਾ। ਆਪਾਂ ਪਹਿਲਾਂ ਵੀ ਗੱਲ ਕੀਤੀ ਆ ਪਹਿਲੀ ਗੱਲ ਤਾਂ ਜਿਹੜਾ ਭਾਰਤ ਦਾ ਸੰਵਿਧਾਨ ਆ ਇਹਦੇ ਉੱਪਰੇ ਮੁਰਲ ਨਜ਼ਰਸਾਨੀ ਹੋਣੀ ਚਾਹੀਦੀ ਆ। ਇਹ ਫੈਡਰਲ ਬਿਲਕੁਲ ਨਹੀਂ ਸੀ ਇਹ ਸ਼ੁਰੂ ਤੋਂ ਅਕਾਤਮਕ ਸੀ ਰਾਜਾਂ ਨੂੰ ਕੁਝ ਫੈਡਰਲ ਹੱਕ ਦਿੱਤੇ ਗਏ ਸੀ ਜਿਹੜੇ ਕਾਂਗਰਸ ਨੇ ਵੀ ਖੋਹੇ ਤੇ ਮੋਦੀ ਨੇ ਵੱਡੀ ਪੱਧਰ ਤੇ ਥੋਕ ਰੂਪ ਚ ਖੋਹਣ ਦਾ ਧੰਦਾ ਜਿਹੜਾ ਉਹ ਸ਼ੁਰੂ ਕੀਤਾ ਹੋਇਆ। ਸੋ ਇਸ ਕਰਕੇ ਫੈਡਰਲ ਢਾਂਚੇ ਦੀ ਜਦੋਂ ਗੱਲ ਕਰਦੇ ਆਪਾਂ ਫੈਡਰਲ ਸਿਆਸਤ ਦੀ ਗੱਲ ਕਰਦੇ ਹਾਂ ਤਾਂ ਇਸ ਸੰਵਿਧਾਨ ਤੇ ਮੁੜ ਕੇ ਨਜ਼ਰਸਾਨੀ ਹੋਣੀ ਚਾਹੀਦੀ ਆ ਕਿਉਂਕਿ ਕੇਂਦਰ ਨੂੰ ਇਸ ਹੱਦ ਤੱਕ ਹੱਕ ਦਿੱਤੇ ਪਏ ਨੇ ਕਿ ਉਹ ਕੁਝ ਵੀ ਕਰ ਸਕਦੀ ਆ। ਤੁਸੀਂ ਦੇਖੋ ਜੰਮੂ ਕਸ਼ਮੀਰ ਉਹਦੇ ਨਾਲ ਤਾਂ ਸਮਝੌਤਾ ਸੀ ਨਾ ਜਿਵੇਂ ਦੋ ਦੇਸ਼ਾਂ ਦਾ ਸਮਝੌਤਾ ਹੁੰਦਾ ਉਹ ਪੈਰਾਂ ਹੇਠ ਰੋਲ ਕੇ ਰੱਖਤਾ ਸੰਵਿਧਾਨ ਦੇ ਅਨੁਸਾਰ ਹੀ ਰੋਲੇ ਨਾ ਇਹਨਾਂ ਨੇ। ਇਹ ਸੰਵਿਧਾਨ ਇਹਨਾਂ ਨੂੰ ਇਹ ਤਾਕਤਾਂ ਦੇ ਰਿਹਾ ਕੇਂਦਰ ਦੀ ਸਰਕਾਰ ਜਿਹਨੂੰ ਹਮੇਸ਼ਾ ਯੂਨੀਅਨ ਗਵਰਨਮੈਂਟ ਕਿਹਾ ਜਾਂਦਾ ਸੀ ਹੁਣ ਆਰਾਮ ਨਾਲ ਆਪਾਂ ਉਹਨੂੰ ਕੇਂਦਰੀ ਸਰਕਾਰ ਕਹਿਣ ਲੱਗ ਗਏ ਸੂਬਾਈ ਸਰਕਾਰ ਕਹਿਣ ਲੱਗ ਗਏ ਜਿਵੇਂ ਇੱਕ ਤਰ੍ਹਾਂ ਦੀ ਪ੍ਰਬੰਧਕੀ ਇਕਾਈ ਹੁੰਦੀ ਆ। ਸੋ ਇਸ ਕਰਕੇ ਸੁਖਵਿੰਦਰ ਜੀ ਜਿਹੜਾ ਆਪਾਂ ਕਹੀ ਜਾਂਦੇ ਸੰਵਿਧਾਨ ਨੂੰ ਪੈਰਾਂ ਹੇਠਾਂ ਦਰ ਰਹੇ ਆ ਸੰਵਿਧਾਨ ਨੂੰ ਪੈਰਾਂ ਹੇਠ ਦਰ ਰਹੇ ਆ ਸੰਵਿਧਾਨ ਹੀ ਇਹਨਾਂ ਨੂੰ ਪੈਰਾਂ ਹੇਠ ਦਰਨ ਦੇ ਹੱਕ ਦੇ ਰਿਹਾ ਰਾਜਾਂ ਦੇ ਹੱਕਾਂ ਨੂੰ ਕੁਚਲਣ ਦਾ ਹੱਕ ਦੇ ਰਿਹਾ ਕਿਸੇ ਵੀ ਹੱਕ ਨੂੰ ਸਾਂਝੀ ਸੂਚੀ ਚ ਪਾਉਣ ਦਾ ਹੱਕ ਦੇ ਰਿਹਾ। ਸੋ ਇਹ ਜਿਹੜੀ ਬਰੂਟ ਮੈਜੋਰਿਟੀ ਆਈ ਆ ਨਾ
ਉੱਪਰ ਜਦੋਂ ਪਹਿਲਾਂ ਜਦੋਂ ਕਾਂਗਰਸ ਦੀ ਹੁੰਦੀ ਸੀ ਇੰਡੀਆ ਇਜ ਇੰਦਰਾ ਇੰਦਰਾ ਇਜ ਇੰਡੀਆ ਹੁਣ ਮੋਦੀ ਜੀ ਭਾਜਪਾ ਭਾਜਪਾ ਜੀ ਮੋਦੀ ਉਹਨਾਂ ਤਰਜ਼ਾਂ 'ਤੇ ਚੱਲ ਰਿਹਾ ਕੇਜਰੀਵਾਲ ਜਾਂ ਆਪ ਆਪ ਇਜ ਕੇਜਰੀਵਾਲ ਸੋ ਤਾਕਤਾਂ ਦੇ ਵਿਕੇਂਦਰੀਕਰਨ ਦੀ ਗੱਲ ਇਹ ਕਹਿ ਦੇਣਾ ਭਗਵੰਤ ਮਾਨ ਸਾਹਿਬ ਨੇ ਠੀਕ ਕਿਹਾ ਵਧੀਆ ਭਾਸ਼ਣ ਦਿੱਤਾ ਰਾਜਾਂ ਤੋਂ ਹੱਕ ਖੋਹੇ ਜਾ ਰਹੇ ਨੇ ਹਮਲੇ ਕੀਤੇ ਜਾ ਰਹੇ ਨੇ ਫੈਡਰਲ ਢਾਂਚਾ ਖਤਮ ਕੀਤਾ ਜਾ ਰਿਹਾ ਹੁਣ ਇਹ ਖਾਲੀ ਥਾਵਾਂ ਭਰਨੀਆਂ ਪੈਣਗੀਆਂ ਕਿਵੇਂ ਕਿਵੇਂ ਦਿੱਲੀ ਦਾ ਜ਼ਿਕਰ ਉਹਨਾਂ ਨੇ ਕੀਤਾ ਸਹੀ ਕੀਤਾ ਕੇਜਰੀਵਾਲ ਤਾਂ ਦਿੱਲੀ ਬਾਰੇ ਮੁਟਕੀ ਮਾਰ ਗਿਆ ਉਹ ਤਾਂ ਕੰਪਰੋਮਾਈਜ਼ ਕਰ ਗਿਆ ਵੀ ਚਲੋ ਜਿਵੇਂ ਚੱਲਦਾ ਕੰਮ ਚਲਾਓ ਇਹਦੇ ਆਸਰੇ ਆਲੇ ਦੁਆਲੇ ਸਰਕਾਰਾਂ ਬਣਾਓ ਸੋ ਭਗਵੰਤ ਮਾਨ ਨੇ ਦਿੱਲੀ ਦਾ ਮਸਲਾ ਵੀ ਲਿਆ ਜਿਹੜਾ ਅਸੂਲੀ ਤੌਰ ਤੇ ਸਹੀ ਪੋਜੀਸ਼ਨ ਉਹਨੇ ਲਈ ਆ ਦਿੱਲੀ ਬਾਰੇ ਵੀ ਸੋ ਇਸ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਖਾਸ ਕਰਕੇ ਭਗਵੰਤ ਮਾਨ ਉਹਨਾਂ ਨੂੰ ਇਹਦੇ ਬਾਰੇ ਇੱਕ ਸਪਸ਼ਟ ਸਮਝ ਅਪਣਾਉਣੀ ਪਊ ਕੱਲਾ ਲੋਕਾਂ ਦੇ ਦਬਾਅ ਨੂੰ ਪਾਸੇ ਕਰਨ ਲਈ ਜਾਂ ਕਾਗਜ਼ੀ ਪੱਤਰੀ ਜਿਵੇਂ ਕਹਿੰਦੇ ਨਾ ਗੱਲੀ ਬਾਤੀ ਮੈਂ ਬੜੀ ਕਰਤੂਤੀ ਬੜੀ ਜਠਾਣੀ ਮਤਲਬ ਕਾਗਜ਼ੀ ਪੱਤਰੀ ਇਹ ਮਸਲਾ ਹੱਲ ਹੋਣ ਵਾਲਾ ਹੈ ਨਹੀਂ ਸੁਖਵਿੰਦਰ ਜੀ ਜੀ ਇਹ ਵੀ ਗੱਲ ਹੈ ਨਾ ਕਿ ਮਸਲਾ ਐਸ ਵਾਈ ਐਲ ਦੀ ਵੀ ਇਹਦੇ ਵਿੱਚ ਉੱਠਿਆ ਭਗਵੰਤ ਮਾਨ ਉਹਨਾਂ ਨੇ ਭਾਸ਼ਣ ਦੇ ਵਿੱਚ ਜ਼ਿਕਰ ਤਾਂ ਕੀਤਾ ਕਿ ਪੰਜਾਬ ਦੇ ਪਾਣੀ ਜ਼ਹਿਰੀਲੇ ਹੋ ਰਹੇ ਨੇ ਪੰਜਾਬ ਦਾ ਪਾਣੀ ਅਸੀਂ ਝੋਨੇ ਦੀ ਥਾਂ ਤੇ ਪਾਣੀ ਦੇ ਰਹੇ ਹਾਂ ਮੁਲਕ ਦੇ ਵਿੱਚ ਪਾਣੀ ਵੰਡਿਆ ਜਾ ਰਿਹਾ ਹੈ ਪੰਜਾਬ ਚ ਪਾਣੀ ਦੀ ਘਾਟ ਆ ਜਾਣੀ ਆ ਇਸ ਤਰ੍ਹਾਂ ਦੀ ਗੱਲ ਪਰ ਉੱਥੇ ਗੱਲ ਐਸ ਵਾਈ ਐਲ ਦਾ ਜ਼ਿਕਰ ਨਹੀਂ ਕੀਤਾ ਜਦੋਂ ਕਹਿੰਦੇ ਕਿ ਅਸੀਂ ਹੱਕ ਹਕੂਕਾਂ ਦੀ ਗੱਲ ਕਰਨੀ ਆ ਤਾਂ ਦਿੱਲੀ ਤੋਂ ਜਿਹੜਾ ਪੈਸਾ ਲੈਣ ਦੀ ਗੱਲ ਹੁੰਦੀ ਹੈ ਕਿ ਦਿੱਲੀ ਕਦੋਂ ਦੇਗੀ ਜਾਂ ਰਾਜਸਥਾਨ ਨੂੰ ਕਦੋਂ ਬਿੱਲ ਭੇਜਿਆ ਜਾਣਾ ਪਾਣੀ ਦਾ ਆਹ ਹਰਿਆਣੇ ਵਾਲਿਆਂ ਨੇ ਤਾਂ ਨਾਲ ਦੀ ਨਾਲ ਐਸ ਵਾਈ ਐਲ ਦਾ ਮੁੱਦਾ ਵੀ ਚੁੱਕ ਲਿਆ ਕਿ ਐਸ ਵਾਈ ਐਲ ਦੇ ਮਸਲੇ ਦਾ ਵੀ ਹੱਲ ਕਢਾਓ ਪੰਜਾਬ ਵਾਲਿਆਂ ਤੋਂ ਸੁਖਵਿੰਦਰ ਜੀ ਪੰਜਾਬ ਵਿਧਾਨ ਸਭਾ ਚ ਦੋ ਵਾਰ ਸਰਬਸੰਮਤੀ ਨਾਲ ਮਤਾ ਪਾਸ ਹੋਇਆ ਜਿਹਦੇ ਵਿੱਚ ਭਾਜਪਾ ਵੀ ਸ਼ਾਮਿਲ ਆ ਜਿਹਦੇ ਵਿੱਚ ਅਕਾਲੀ ਦਲ ਵੀ ਸ਼ਾਮਿਲ ਆ ਕਾਂਗਰਸ ਵੀ ਸ਼ਾਮਿਲ ਆ ਇੱਕ ਵਾਰੀ ਮਤਾ ਪਾਸ ਹੋਇਆ ਜਾਂਦੇ ਜਾਂਦੇ ਬਾਦਲ ਸਾਹਿਬ ਨੇ ਕੀਤਾ ਉਹਨਾਂ ਦੀ ਸਰਕਾਰ ਵੇਲੇ ਦੂਜੀ ਵਾਰ ਕੈਪਟਨ ਅਮਰਿੰਦਰ ਦੀ ਸਰਕਾਰ ਵੇਲੇ ਮਤਾ ਪਾਸ ਹੋਇਆ ਕਿ ਪੰਜਾਬ ਦੇ ਕੁਦਰਤੀ ਸਾਧਨਾਂ ਪਾਣੀਆਂ ਦਾ ਪਣ ਬਿਜਲੀ ਪ੍ਰੋਜੈਕਟਾਂ ਦਾ ਮਾਲਕ ਪੰਜਾਬ ਆ ਹਦਾਇਤ ਕੀਤੀ ਗਈ ਪੰਜਾਬ ਵਿਧਾਨ ਸਭਾ ਵੱਲੋਂ ਪੰਜਾਬ ਸਰਕਾਰ ਨੂੰ ਕਿ ਦੂਜੇ ਰਾਜਾਂ ਤੋਂ ਰਾਇਲਟੀ ਵਸੂਲਣ ਲਈ ਬਿਜਲੀ ਤੇ ਪਾਣੀ ਦੇ ਪੈਸੇ ਵਸੂਲਣ ਲਈ ਲੋੜੀਂਦੇ ਕਦਮ ਚੁੱਕੇ ਜਾਣ ਬੈਂਸ ਭਰਾਵਾਂ ਨੇ ਬੜੇ ਜ਼ੋਰ ਨਾਲ ਇਹ ਮਸਲਾ ਉਠਾਇਆ ਸੀ ਪਰ ਉਹ ਅਸਲ ਗੱਲ ਆ ਜਿਹੜੀ ਉਹਨੂੰ ਫੇਰ ਪਿੱਛੇ ਕਰ ਦਿੰਦੇ ਆ ਜਿਵੇਂ ਹੁਣ ਡੈਮ ਦੇ ਵਿੱਚੋਂ ਹਰਿਆਣਾ ਤੇ ਪੰਜਾਬ ਦੀ ਜਿਹੜੀ ਹੈਸੀਅਤ ਸੀ ਉਹਨੂੰ ਖਤਮ ਕਰਨਾ ਪੰਜਾਬ ਤੇ ਹਰਿਆਣੇ ਨੂੰ ਝਟਕਾ ਇਹਦੇ ਲਈ ਦੋਹਾਂ ਦੀ ਸਾਂਝੀ ਲੜਾਈ ਬਣਦੀ ਆ ਪਰ ਸਾਡੀ ਲੜਾਈ ਤਾਂ ਉਦੋਂ ਵੱਡੀ ਆ ਨਾ ਜੀ ਯਮੁਨਾ ਦੇ ਵਿੱਚੋਂ ਹਿੱਸਾ ਲਵੇ ਹਰਿਆਣਾ ਜਿੰਨਾ ਪਾਣੀ ਲੈ ਸਕਦਾ ਯਮੁਨਾ ਦੇ ਵਿੱਚੋਂ ਰਿਪੇਰੀਅਨ ਲਾ ਜਿਵੇਂ ਮੁਲਕ 'ਚ ਲਾਗੂ ਕੀਤਾ ਅਸੀਂ ਕੋਈ ਵਿਸ਼ੇਸ਼ ਅਧਿਕਾਰ ਤਾਂ ਮੰਗਦੇ ਨਹੀਂ ਵੱਖਰੇ ਅਧਿਕਾਰ ਤਾਂ ਮੰਗਦੇ ਨਹੀਂ ਜਿਵੇਂ ਸੂਬੇ ਬਣਾਏ ਨੇ ਜਿਵੇਂ ਮੁਲਕ ਜਿਹੜੇ ਸਾਰੇ ਕਾਨੂੰਨ ਲਾਗੂ ਨੇ ਉਸੇ ਤਰ੍ਹਾਂ ਹੀ ਪੰਜਾਬ ਤੇ ਲਾਗੂ ਕੀਤੇ ਜਾਣ ਜਿਹੜੀ ਵੰਡਣ ਦੀ ਮਤਲਬ ਫੈਸਲਾ ਹੋਇਆ ਜਿਹੜੇ ਉਹਦੇ ਕੌੜੇ ਫਲ ਨੇ ਉਹਨਾਂ ਨੂੰ ਦੂਰ ਕੀਤਾ ਜਾਵੇ ਅਸੂਲੀ ਸਿਧਾਂਤਕ ਤੇ ਸੰਵਿਧਾਨਕ ਪੋਜੀਸ਼ਨਾਂ ਅਪਣਾਈਆਂ ਜਾਣ ਸਾਰੀਆਂ ਸਿਆਸੀ ਪਾਰਟੀਆਂ ਨੂੰ ਚਲੋ ਹੁਣ ਬੀਤੇ ਹੋਏ ਦੀਆਂ ਤਾਂ ਕੀ ਫਰੋਲਣੀ ਆ ਸਭ ਨੂੰ ਧਿਆਨ 'ਚ ਜਿਵੇਂ ਪ੍ਰਗਟ ਸਿੰਘ ਨੇ ਕਿਹਾ ਬੀਤੇ ਤੋਂ ਸਬਕ ਸਿੱਖਿਆ ਜਾ ਸਕਦਾ ਪਰ ਜਿਹੜਾ ਸਾਡਾ ਕਰਮ ਆ ਉਹ ਵਰਤਮਾਨ ਦੇ ਵਿੱਚ ਹੀ ਹੋਣਾ ਜੇ ਅੱਜ ਕਾਂਗਰਸ ਪਾਰਟੀ ਦੇ ਆਗੂ ਖਹਿਰਾ ਪ੍ਰਗਟ ਜਾਂ ਹੋਰ ਵੀ ਇਹ ਬੋਲਦੇ ਨੇ ਆਮ ਆਦਮੀ ਪਾਰਟੀ ਪਹਿਲੀ ਵਾਰ ਇਸ ਤਰ੍ਹਾਂ ਫੈਡਰਲ ਹੱਕਾਂ ਦੇ ਵਿੱਚ ਪੰਜਾਬ ਦੀ ਬੋਲੀ ਆ ਡਟ ਕੇ ਬੋਲੀ ਆ ਪਰ ਉਹਦੇ ਅਨੁਸਾਰ ਬਾਕੀ ਸਿਸਟਮ ਸੈੱਟ ਕਰਨ ਲਈ ਬਾਕੀ ਸੋਚ ਅਮਲ ਤੇ ਵਿਆਖਿਆਵਾਂ ਤੈਅ ਕਰਨ ਲਈ ਉਸ ਪਾਸੇ ਸਾਂਝੀ ਸੋਚ ਅਪਣਾਉਣ ਲਈ ਇਸ ਤਰ੍ਹਾਂ ਦੀਆਂ ਜਿਹੜੀਆਂ ਮੀਟਿੰਗਾਂ ਨੇ ਚਾਹੇ ਉਹ ਸਰਬ ਪਾਰਟੀ ਮੀਟਿੰਗ ਹੋਵੇ ਮਾਨ ਸਾਹਿਬ ਨੇ ਇਹ ਤਾਂ ਕਹਿਤਾ ਕਿ ਅਸੀਂ ਮਿਲਾਂਗੇ ਟਾਈਮ ਲਵਾਂਗੇ ਪਰ ਉਹਨਾਂ ਨੇ ਇਹ ਨਹੀਂ ਕਿਹਾ ਵੀ ਸਾਰੀਆਂ ਸਿਆਸੀ ਪਾਰਟੀਆਂ ਨੂੰ ਨਾਲ ਲੈ ਕੇ ਚੱਲਾਂਗੇ ਕਿਉਂਕਿ 92 ਵਿਧਾਇਕ ਨੇ ਮਹਿਸੂਸ ਹੋ ਰਿਹਾ ਉਹਨਾਂ ਦੀ ਲੋੜ ਨਹੀਂ ਪਰ ਜੇ ਪੰਜਾਬ ਦੇ ਲੋਕ ਐਜੀਟੇਸ਼ਨ ਤੇ ਅੰਦੋਲਨ ਤੇ ਉੱਤਰ ਆਏ ਤਾਂ ਉਹ ਅੰਦੋਲਨ ਵਿਰੋਧੀ ਪਾਰਟੀਆਂ ਕਰਨਗੀਆਂ ਫਿਰ ਉਹਨਾਂ ਨਾਲ ਲੋਕ ਲਾਭਬੰਦ ਹੋਣਗੇ ਫਿਰ ਉਹ ਨਾਲ ਲੈਣੇ ਪੈਣਗੇ ਸੋ ਵਧੀਆ ਇਹੀ ਆ ਜਦੋਂ ਕਹਿੰਦੇ ਨੇ ਤੁਸੀਂ ਮੂਹਰੇ ਚੱਲੋ ਅਸੀਂ ਪਿੱਛੇ ਹਾਂ ਇਹਨਾਂ ਨੂੰ ਲੋਕ ਅੰਦੋਲਨ ਦੀ ਵੀ ਅਗਵਾਈ ਕਰਨੀ ਚਾਹੀਦੀ ਆ ਇੱਕ ਸਾਂਝੀ ਸੋਚ ਬਣਾਉਣ ਦੀ ਵੀ ਅਗਵਾਈ ਕਰਨੀ ਚਾਹੀਦੀ ਆ ਤੇ ਸੁਪਰੀਮ ਕੋਰਟ ਤੱਕ ਜਾਣ ਬਾਰੇ ਵੀ ਸੋਚਣਾ ਚਾਹੀਦਾ ਦੋ ਪਾਸਿਓਂ ਲੜਾਈ ਕਾਨੂੰਨੀ ਵੀ ਲਾਮਬੰਦੀ ਵੀ ਪ੍ਰਬੰਧਕੀ ਵੀ ਦਿੱਲੀ ਨਾਲ ਤਾਲਮੇਲ ਵਾਲੀ ਗੱਲਬਾਤ ਵਾਲੀ ਇਹ ਮਤਲਬ ਸਰਬਪੱਖੀ ਪਹੁੰਚ ਆ ਜਿਹੜੀ ਮਲਟੀਪਰਪਜ਼ ਪਹੁੰਚ ਆ ਜਿਹੜੀ ਉਹ ਅਪਣਾਉਣੀ ਚਾਹੀਦੀ ਆ ਜੀ 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 ਮਾਲੀ ਸਾਹਿਬ ਇੱਕ ਇਹਦੇ ਵਿੱਚ ਇਹ ਵੀ ਆਉਂਦਾ ਕਿ ਜਦੋਂ ਤੁਸੀਂ ਗੱਲ ਕਰ ਰਹੇ ਸੀ ਕਿ ਯੂਟੀ ਜਿਹੜਾ ਆ ਉਹ ਕਿਵੇਂ ਆ ਇਹ ਤਾਂ ਰਾਜਧਾਨੀ ਆ
ਪੰਜਾਬ ਤੇ ਹਰਿਆਣੇ ਦੀ 60-40 ਦਾ ਅਨੁਪਾਤ ਹੈ, ਪਰ ਜਦੋਂ ਪੰਜਾਬ ਦੇ ਵੱਲ ਦੇਖਦੇ ਹਾਂ ਤੇ ਏਦਾਂ ਲੱਗਦਾ ਕਿ ਇਹ ਆਪਣਾ ਜਿਹੜਾ ਅਸਰ ਰਸੂਖ ਹੈ ਉੱਤੇ ਜਾਂ ਆਪਣਾ ਜਿਹੜਾ ਹੱਕ ਹੈ ਉਹ ਆਪ ਹੀ ਗਵਾਉਂਦੇ ਜਾ ਰਹੇ ਨੇ। ਜਿਵੇਂ ਪਿੱਛੇ ਜੇ ਬੁੱਤਾਂ ਦੀ ਗੱਲ ਹੋਈ ਕਿ ਬੁੱਤ ਲਾ ਦੇਣੇ ਨੇ ਤਾਂ ਕਹਿੰਦੇ ਜੀ ਪਹਿਲਾਂ ਤਾਂ ਲੱਗੇ ਨਹੀਂ ਸੀ, ਪਹਿਲਾਂ ਵੀ ਨਹੀਂ ਲੱਗਣ ਦਿੱਤੇ ਗਏ, ਉਧਰੋਂ ਅਕਾਲੀ ਦਲ ਵੇਲੇ ਇਹ ਗੱਲ ਉੱਠੀ ਸੀਗੀ ਤੇ ਉਦੋਂ ਪ੍ਰਵਾਨ ਨਹੀਂ ਹੋਈ। ਤਾਂ ਇਹਦਾ ਮਤਲਬ ਇਹ ਹੈ ਕਿ ਆਪਣੇ ਹੱਕ ਆਪ ਗਵਾਉਣੇ, ਇਸ ਮਸਲੇ ਦੇ ਉੱਤੇ ਕੋਈ ਸਟੈਂਡ ਨਾ ਲੈਣਾ ਕਿ ਜਦੋਂ 60-40 ਦਾ ਅਨੁਪਾਤ ਆ ਤਾਂ ਫਿਰ ਉੱਥੇ ਬੁੱਤ ਕਿਉਂ ਨਹੀਂ ਲੱਗਣ ਦਿੱਤੇ ਜਾਂਦੇ, ਜਾਂ ਫਿਰ ਉੱਥੇ ਕੋਈ ਵੀ ਜੋ ਪੰਜਾਬ ਆਪਣੇ ਵੱਲੋਂ ਕਰਨਾ ਚਾਹੁੰਦਾ। ਨਾਲ ਉਹਨਾਂ ਨੇ ਇਹ ਵੀ ਗੱਲ ਆ ਕਿ ਨਵਾਂ ਚੰਡੀਗੜ੍ਹ ਫਿਰ ਕਿਉਂ ਉਸਾਰਿਆ ਗਿਆ, ਜਿੰਨਾ ਕੁਛ ਸਾਨੂੰ ਮਿਲਿਆ ਸੀ ਉਹਦੀ ਰਾਖੀ ਕਰਨ ਲਈ ਸਾਡੀਆਂ ਸਰਕਾਰਾਂ ਨੇ ਕੱਖ ਨਹੀਂ ਕੀਤਾ। ਜੇ ਤੁਹਾਨੂੰ ਜਿੰਨਾ ਪਾਣੀ ਮਿਲਿਆ ਉਹ ਪਾਣੀ ਦੀ ਸੰਯੋਗ ਵਰਤੋਂ ਕਰਨ ਦੀ ਥਾਂ ਤੁਸੀਂ ਥਰਮਲ ਕੱਢਣੇ ਸ਼ੁਰੂ ਕਰਤੇ, ਤੁਸੀਂ ਬਿਜਲੀ ਦੀ ਮੋਟਰਾਂ ਦੇ ਮਤਲਬ ਖੁੱਲੇ ਗੱਫੇ ਵਰਤਾਉਣੇ ਸ਼ੁਰੂ ਕਰਤੇ, ਨਹਿਰੀ ਸਿਸਟਮ ਤਬਾਹ ਹੋ ਗਿਆ। ਅਧਿਕਾਰੀ ਤਾਂ ਇਹ ਦੱਸਦੇ ਨੇ ਵੀ ਜਿੰਨਾ ਪੰਜਾਬ ਦੇ ਪਾਣੀ ਹਿੱਸੇ ਆਇਆ ਉਹ ਪਾਣੀ ਵੀ ਇਹ ਪੂਰਾ ਨਹੀਂ ਵਰਤਦਾ। ਭਾਖੜਾ ਡੈਮ ਆ, ਪ੍ਰਬੰਧਕੀ ਬੋਰਡ ਆ, ਉਹਦੇ ਵਿੱਚ ਜਿਹੜੀ ਰੇਸ਼ੋ ਆ 60-40 ਦੀ ਉਹਦੇ ਅਨੁਸਾਰ ਮੁਲਾਜ਼ਮਾਂ ਦੀ ਭਰਤੀ ਨਹੀਂ ਕੀਤੀ। ਚੰਡੀਗੜ੍ਹ 'ਚ ਵਾਰ ਵਾਰ ਇਹ ਜਿਹੜੀ 60-40 ਦੀ ਰੇਸ਼ੋ ਨੂੰ ਉਲੰਘਣਾ ਕੀਤੀ ਗਈ, ਇੱਕ ਯੂਟੀ ਦਾ ਕਾਡਰ ਆਪਦਾ ਉਸਾਰਨਾ ਸ਼ੁਰੂ ਕੀਤਾ, ਉਹਦੇ ਖਿਲਾਫ ਲੜਾਈ ਨਹੀਂ ਲੜੀ। ਇਹਨਾਂ ਨੇ ਆਪਦੇ ਹੱਕ ਗਾਉਣ ਲਈ ਰਾਹ ਵੀ ਪੱਧਰਾ ਕੀਤਾ, ਇਹ 'ਚ ਕੋਈ ਦੋ ਰਾਵਾਂ ਨਹੀਂ। ਉਹ ਚਾਹੇ ਅਕਾਲੀ ਸਰਕਾਰ ਹੋਵੇ, ਉਹ ਚਾਹੇ ਕਾਂਗਰਸ ਸਰਕਾਰ ਹੋਵੇ, ਸਿੰਚਾਈ ਪਾਣੀ ਦੀ ਸੰਯੋਗ ਵਰਤੋਂ, ਟੈਮਾਂ ਦੇ ਵਿੱਚ ਮੁਲਾਜ਼ਮਾਂ ਦੀ ਭਰਤੀ ਕਿਉਂ ਨਹੀਂ ਕਰਦੇ? ਭਰਤੀ ਹੈਗੇ ਨੇ ਮੁਲਾਜ਼ਮ, ਕਿਉਂਕਿ ਉੱਥੇ ਪੈਸਾ ਨਹੀਂ ਬਣਦਾ, ਇਸ ਕਰਕੇ ਉੱਥੇ ਕੋਈ ਜਾਣ ਨੂੰ ਤਿਆਰ ਨਹੀਂ, ਇਸ ਕਰਕੇ ਭਰਤੀ ਨਹੀਂ ਕਰਦੇ। ਚੰਡੀਗੜ੍ਹ ਦੇ ਵਿੱਚ ਜੋ ਕੁਛ ਹੋਈ ਜਾਂਦਾ ਉਹਦੇ ਵੱਲ ਧਿਆਨ ਨਹੀਂ, ਫਿਰ ਕਿਉਂਕਿ ਸੈਂਟਰ ਸਰਕਾਰ ਆ ਉਹਦੇ ਨਾਲ ਮਿਲ ਕੇ ਚੱਲਣਾ, ਮਿਲ ਕੇ ਚੱਲਣ ਦਾ ਮਤਲਬ ਆਪਣਾ ਹੱਕ ਗਾਉਣਾ ਥੋੜਾ ਹੁੰਦਾ? ਮਿਲ ਕੇ ਚੱਲੇ ਹੀ ਤਾਂ ਜਾ ਸਕਦਾ ਜੇ ਤੁਸੀਂ ਆਪਦੇ ਹੱਕਾਂ ਤੇ ਪਹਿਰਾ ਦੇਵੋ, ਬਣਦੇ ਹੱਕਾਂ ਦੀ ਰਾਖੀ ਕਰੋ, ਖੋਹੇ ਜਾ ਰਹੇ ਹੱਕ ਆ ਉਹਦਾ ਵਿਰੋਧ ਕਰੋ, ਜਿਹੜੇ ਹੱਕ ਖੋਹੇ ਗਏ ਨੇ ਉਹਨਾਂ ਦੇ ਵਿੱਚ ਆਪਦੀ ਦਖਲ ਅੰਦਾਜ਼ੀ ਜਾਂ ਵਾਪਸੀ ਦੀ ਗੱਲ ਕਰੋ, ਤਾਂ ਹੀ ਮਿਲ ਕੇ ਚੱਲਿਆ ਜਾ ਸਕਦਾ। ਪਰ ਇਹ ਜਿਵੇਂ ਚੱਲੇ ਨੇ, ਮਤਲਬ ਪਹਿਲਾਂ ਵੀ ਆਪਾਂ ਇੱਕ ਵਾਰ ਗੱਲ ਕੀਤੀ ਸੀ, ਇੱਕ ਅਣਲਿਖਤ ਸਮਝੌਤਾ ਕਰ ਲਿਆ ਪੰਜਾਬ ਦੇ ਵੱਡੇ ਸਿਆਸਤਦਾਨਾਂ ਨੇ ਕੇਂਦਰ ਨਾਲ ਕਿ ਜਿਹੜਾ ਵੀ ਕੇਂਦਰ ਸਰਕਾਰ ਦੀਆਂ ਪੰਜਾਬ ਸੰਬੰਧੀ ਚੰਡੀਗੜ੍ਹ ਸੰਬੰਧੀ ਨੀਤੀਆਂ 'ਚ ਵਿਘਨ ਨਹੀਂ ਪਾਊਗਾ, ਉਹਦੇ ਮਗਰ ਨਾ ED ਨਾ ਐਕਸਾਈਜ਼ ਟੈਕਸ ਨਾ ED ਕੁਛ ਨਹੀਂ ਹੋਊਗਾ। ਜਿਹੜਾ ਉਹਨਾਂ ਨੂੰ ਚੈਲੰਜ ਕਰੋ ਉਹਨੂੰ ਫਿਰ ਇਹ ਮਰੋੜਾ ਦਿੰਦੇ ਨੇ। ਤੁਸੀਂ ਦੇਖਿਆ ਅਮਰਿੰਦਰ ਨੇ ਬਾਦਲਾਂ ਦੇ ਖਿਲਾਫ ਭ੍ਰਿਸ਼ਟਾਚਾਰ ਦਾ ਮੋਰਚਾ ਖੋਲ੍ਹਿਆ ਤੇ ਮੁੜ ਕੇ ਉਹਦਾ ਹਸਰ ਕੀ ਬਣਿਆ, ਉਹ ਬੰਦ ਵੀ ਕਰਨਾ ਪਿਆ, ਮੁੜ ਕੇ ਵਰਿੰਦਰ ਫਾ ਲਿਆ ED ਦੇ ਵਿੱਚ ਤੇ ਫਿਰ ਉਹਦੇ ਕੰਨਾਂ ਨੂੰ ਹੱਥ ਲਵਾ ਕੇ ਫਿਰ ਉਹਨੂੰ ਸਿਆਸੀ ਤੌਰ ਤੇ ਪੰਜਾਬ ਦੇ ਵਿੱਚ ਉੱਭਰਨ ਦਿੱਤਾ। ਰਾਜ ਕੀਤਾ ਉਹਨੇ, ਰਾਜ ਵੀ ਕਿਵੇਂ ਕੀਤਾ ਇਹ ਕਹਿਣ ਦੀ ਲੋੜ ਨਹੀਂ। ਸੋ ਇਸ ਕਰਕੇ ਜਿਹੜੀਆਂ ਗੱਲਾਂ ਤੁਸੀਂ ਕਹਿੰਦੇ ਹੋ ਕਿ ਸਾਡੇ ਪੰਜਾਬ ਦੇ ਸਿਆਸਤਦਾਨਾਂ ਨੇ ਕੇਂਦਰ ਸਰਕਾਰ ਦੇ ਇਹ ਧੱਕੇ ਕਰਨ ਲਈ ਰਾਹ ਖੁੱਲੇ ਛੱਡੇ ਨੇ, ਉਹਨਾਂ ਨੂੰ ਵਿਰਲਾਂ ਦਿੱਤੀਆਂ ਨੇ ਤਾਂ ਕਿ ਉਹਦੇ ਵਿੱਚ ਉਹ ਹੱਥ ਪਾ ਸਕਣ। ਵੱਡੀ ਗੱਲ ਇਹ ਆ ਕਿ ਜਿਹੜਾ ਸਾਡਾ ਸੰਵਿਧਾਨ ਆ ਉਹ ਫੈਡਰਲ ਨਹੀਂ ਹੈ, ਸਾਨੂੰ ਇਹ ਮੰਨ ਲੈਣਾ ਚਾਹੀਦਾ ਸੀ, ਹੁਣ ਵੀ ਮੰਨ ਲੈਣਾ ਚਾਹੀਦਾ ਕਿ ਰਾਜਾਂ ਦੇ ਜਿਹੜੇ ਮਾੜੇ ਮੋਟੇ ਫੈਡਰਲ ਹੱਕ ਸੀ ਉਹ ਖਤਮ ਕਰ ਦਿੱਤੇ। ਸੰਵਿਧਾਨ ਤੇ ਮੁੜ ਨਜ਼ਰਸਾਨੀ ਹੋਣੀ ਚਾਹੀਦੀ ਆ, ਇਹਨੂੰ ਅਸਲੀ ਅਰਥਾਂ 'ਚ ਫੈਡਰਲ ਬਣਾਇਆ ਜਾਣਾ ਚਾਹੀਦਾ। ਜਿਵੇਂ ਰਾਹੁਲ ਗਾਂਧੀ ਨੇ ਰਾਸ਼ਟਰਪਤੀ ਦੇ ਭਾਸ਼ਣ ਤੇ ਸਪੀਚ ਕੀਤੀ ਆ, ਉਹਦੇ ਅਮਲੀ ਅਰਥ ਸਾਹਮਣੇ ਲਿਆਉਣੇ ਚਾਹੀਦੇ ਨੇ ਤੇ ਉਹ ਤੇ ਇੱਕ ਵਿਚਾਰ ਚਰਚਾ ਚੱਲਣੀ ਚਾਹੀਦੀ ਆ, ਉੱਥੇ ਮੁਲਕ ਦੇ ਲੋਕਾਂ ਨੂੰ ਸੋਚਣਾ ਵਿਚਾਰਨਾ ਚਾਹੀਦਾ, ਕਿਉਂਕਿ ਇਕੱਲਾ ਪੰਜਾਬ ਦਾ ਮਸਲਾ ਨਹੀਂ ਫੈਡਰਲ ਢਾਂਚੇ ਵਾਲਾ, ਇਹ ਸਾਰੇ ਰਾਜਾਂ ਦਾ ਮਸਲਾ ਹੈਗਾ। ਇਹ ਤੇ ਉਸ ਤਰ੍ਹਾਂ ਕੋਈ ਵਿਉਂਤਬੰਦੀ ਸਰਕਾਰਾਂ ਨੂੰ ਵਿਰੋਧੀ ਪਾਰਟੀਆਂ ਨੂੰ ਕਰਨ ਬਾਰੇ ਸੋਚਣਾ ਚਾਹੀਦਾ, ਨਾ ਸਿਰਫ ਹੈ ਵੀ ਇੱਕ ਫਰੰਟ ਬਣਾ ਲਓ BJP ਵਿਰੋਧੀ ਤੇ ਮੁੜ ਕੇ ਆਪਾਂ ਸਾਰੇ ਰਲ ਕੇ ਕੇਂਦਰ 'ਚ ਸੱਤਾ 'ਚ ਆ ਜਾਓ। ਤੁਸੀਂ ਕਮਾਲ ਦੀ ਗੱਲ ਸੁਖਵਿੰਦਰ ਜੀ ਇਹ ਦੇਖੋਗੇ, ਜਿਹੜੀ ਵੀ ਸਰਕਾਰ ਆਈ ਉਹਨੇ ਪਹਿਲੀ ਸਰਕਾਰ ਵੱਲੋਂ ਫੈਡਰਲ ਅੰਸ਼ ਖਤਮ ਕੀਤੇ, ਰਾਜਾਂ ਤੋਂ ਖੋਹੇ ਅਧਿਕਾਰ ਸੀ, ਜਿਹੜਾ ਇੱਕ ਵੀ ਅਧਿਕਾਰ ਆ ਜਿਹੜਾ ਉਹ ਵਾਪਸ ਨਹੀਂ ਦਿੱਤਾ। ਤੇ ਆਹ ਜਿਹੜਾ ਆਪਾਂ ਗੱਲ ਕਰਦੇ ਆ ਗ੍ਰਾਮ ਸਭਾ ਦੀ ਗੱਲ, ਹੋਰ ਗੱਲ, ਇਹ ਵੀ ਇਸ ਕਰਕੇ ਬਣਾਇਆ ਕਿ ਸਿੱਧਾ ਪਿੰਡ ਦਾ ਦਿੱਲੀ ਨਾਲ ਸੰਪਰਕ ਹੋਊ, ਪਿੰਡ ਤੈਅ ਕਰੂ ਸਾਡੀਆਂ ਕੀ ਲੋੜਾਂ ਨੇ, ਉਹ ਸਾਰਾ ਸਰਕਾਰ ਰਾਹੀਂ ਦਿੱਲੀ ਕੋਲੇ ਜਾਊ, ਦਿੱਲੀ ਸਿੱਧੇ ਉਹਨਾਂ ਦੇ ਖਾਤਿਆਂ 'ਚ ਪੈਸੇ ਜਮ੍ਹਾਂ ਕਰਾਊ। ਇਸ ਪੱਖੋਂ ਇਹ ਤਾਕਤਾਂ ਦਾ ਵਿਕੇਂਦਰੀਕਰਨ ਤਾਂ ਹੈ, ਪਰ ਵਿਦ ਇਨ ਸਟੇਟ ਨਹੀਂ, ਸਟੇਟ ਦੀਆਂ ਤਾਕਤਾਂ
ਸਟੇਟ ਰਾਹੀਂ ਫੈਡਰਲਿਜ਼ਮ ਨੇ ਆਉਣਾ, ਫੈਡਰਲਿਜ਼ਮ ਸਟੇਟਾਂ ਰਾਹੀਂ ਲਾਗੂ ਹੋਣਾ। ਜੇ ਸਟੇਟਾਂ ਨੂੰ ਅਧਿਕਾਰ ਮਿਲਣਗੇ ਫਿਰ ਉਹ ਗਾਹਾਂ ਹੇਠਾਂ ਅਧਿਕਾਰ ਆ ਜਿਹੜੇ ਉਹਨਾਂ ਨੂੰ ਵੰਡਣੇ ਚਾਹੀਦੇ ਨੇ, ਜ਼ਰੂਰੀ ਆ, ਜਿਹਦੇ ਵੱਲ ਇਹਨਾਂ ਨੇ ਧਿਆਨ ਨਹੀਂ ਕੀਤਾ। ਹੁਣ ਕੀ ਆ ਜੀ, ਹਲਕਾ ਇੰਚਾਰਜ ਜੀ ਸਾਰਾ ਹੱਥ ਉਹਦੇ ਵਿੱਚ ਜੀ, ਪਾਰਟੀ ਪ੍ਰਧਾਨ ਸਾਰੀ ਤਾਕਤ ਉਹਦੇ ਹੱਥ ਦੇ ਵਿੱਚ ਵੀ। ਅਕਾਲੀ ਦਲ ਨੂੰ ਕੀ ਹੋਇਆ ਜੀ? ਹੋਰ ਅਕਾਲੀ ਦਲ 'ਚ ਚਾਰ ਪਾਵਰ ਸੈਂਟਰ ਹੁੰਦੇ ਸੀ, ਅਕਾਲ ਤਖ਼ਤ ਦਾ ਜਥੇਦਾਰ, ਸ਼੍ਰੋਮਣੀ ਕਮੇਟੀ ਦਾ ਪ੍ਰਧਾਨ, ਅਕਾਲੀ ਦਲ ਦਾ ਪ੍ਰਧਾਨ, ਮੁੱਖ ਮੰਤਰੀ, ਵੰਡੀਆਂ ਹੋਈਆਂ ਸੀ ਤਾਕਤਾਂ, ਵਿਕੇਂਦਰੀਕਰਨ ਸੀ। ਜਦੋਂ ਦੀਆਂ ਇਹ ਸਾਰੀਆਂ ਤਾਕਤਾਂ ਇੱਕ ਜੇਬ ਦੇ ਵਿੱਚ ਆ ਗਈ, ਬਾਦਲਕਿਆਂ ਦੀ ਜੇਬ 'ਚ ਆ ਗਈਆਂ, ਤਾਂ ਹਸ਼ਰ ਕੀ ਹੋਇਆ ਤੁਹਾਡੇ ਸਾਹਮਣੇ। ਸੋ ਇਸ ਕਰਕੇ ਸਿਆਸੀ ਪਾਰਟੀਆਂ ਵੀ ਇਸ ਜੁਰਮ ਦੀਆਂ ਕਿਸੇ ਨਾ ਕਿਸੇ ਰੂਪ 'ਚ ਭਾਗੀਦਾਰ ਨੇ। ਠੀਕ ਆ, ਮੁੱਖ ਦੋਸ਼ੀ ਦਿੱਲੀ ਆ, ਯੂਨੀਅਨ ਸਰਕਾਰ ਆ, ਇਹਨਾਂ ਨੂੰ ਵੀ ਆਪਣੇ ਪਿੱਛੇ ਤੇ ਝਾਤ ਮਾਰ ਕੇ ਉਹ ਤੋਂ ਸਬਕ ਸਿੱਖ ਕੇ ਪੰਜਾਬ ਪੰਜਾਬੀ ਲੋਕਾਂ ਦਾ ਇਹ ਆਵਾਜ਼ ਬੁਲੰਦ ਕਰਨੀ ਚਾਹੀਦੀ ਆ, ਪੰਜਾਬ ਪੰਜਾਬੀ ਲੋਕਾਂ ਦਾ, ਨਹੀਂ ਦਿੱਲੀ ਦੀਆਂ ਜੋਕਾਂ ਦਾ। ਜਿਵੇਂ ਪ੍ਰਗਟ ਨੇ ਕਿਹਾ ਨਾ ਭਗਵੰਤ ਨੂੰ, ਦਿੱਲੀਆਂ ਦੋ ਨੀ ਭਗਵੰਤ ਸਿੰਘ, ਦਿੱਲੀ ਇੱਕ ਆ ਜਦੋਂ ਪੰਜਾਬ ਨੂੰ ਆਉਂਦੀ ਆ। ਸੋ ਇਹਨਾਂ ਗੱਲਾਂ ਵੱਲ ਸਾਨੂੰ ਧਿਆਨ ਦੇਣਾ ਚਾਹੀਦਾ। ਨਵੇਂ ਚੰਡੀਗੜ੍ਹ ਦੀ ਉਸਾਰੀ ਦੀ ਲੋੜ ਕਿਉਂ ਪਈ? ਮੈਂ ਕਹਿੰਦਾ ਤੁਸੀਂ ਰਾਹ ਛੱਡੀ ਜਾਂਦੇ ਹੋ ਜੀ, ਤੁਸੀਂ ਸਾਰੇ ਚੰਡੀਗੜ੍ਹੋਂ ਦਫ਼ਤਰ ਚੱਕ ਕੇ, ਕੋਈ ਪੰਚਕੂਲੇ ਲੈ ਗਿਆ, ਕੋਈ ਇੱਧਰ ਨੂੰ ਲੈ ਗਿਆ, ਮੋਹਾਲੀ ਵੱਲ ਨੂੰ ਆ ਗਿਆ, ਨਵਾਂ ਚੰਡੀਗੜ੍ਹ ਬਣਾਉਣ ਦੀਆਂ ਗੱਲਾਂ ਤੁਸੀਂ ਕਰਨ ਲੱਗ ਗਏ, ਜਿਹਦਾ ਮਤਲਬ ਤੁਸੀਂ ਮਾਨਸਿਕ ਤੌਰ ਤੇ ਚੰਡੀਗੜ੍ਹ ਤੋਂ ਹੱਕ ਖਤਮ ਕਰੀ ਬੈਠੇ ਹੋ। ਇਸੇ ਕਰਕੇ ਜਦੋਂ ਚੰਡੀਗੜ੍ਹ 60-40 ਰੇਸ਼ੋ ਦੀ ਕੋਈ ਉਲੰਘਣਾ ਕਰਦਾ, ਤੁਸੀਂ ਚੁੱਪ ਕਰ ਜਾਂਦੇ ਹੋ, ਤੇ ਉਹ ਕਹਿੰਦੇ ਨੇ, ਬਹਾਨਾ ਉਹੀ ਬਣਾਉਂਦੇ ਨੇ ਵੀ ਅਸੀਂ ਇਹਨਾਂ ਨੂੰ ਕਿਹਾ ਜੀ ਡਾਕਟਰ ਭੇਜੋ, ਇਹਨਾਂ ਨੇ ਭੇਜੇ ਨਹੀਂ, ਅਸੀਂ ਇਹਨਾਂ ਨੂੰ ਕਿਹਾ ਅਫਸਰ ਭੇਜੋ ਜੀ, ਇਹਨਾਂ ਨੇ ਭੇਜੇ ਨਹੀਂ, ਅਸੀਂ ਇਹਨਾਂ ਨੂੰ ਕਿਹਾ ਕਰਮਚਾਰੀ ਭੇਜੋ ਜੀ, ਇਹਨਾਂ ਨੇ ਭੇਜੇ ਨਹੀਂ, ਫਿਰ ਅਸੀਂ ਤਾਂ ਕੰਮ ਚਲਾਉਣੀ ਆ। ਇਹ ਰਾਹ ਦੇ ਦਿੰਦੇ ਨੇ, ਉਹ ਉੱਤੇ ਆਪਦਾ ਠੱਪਾ ਲਾ ਕੇ ਮਾਲਕ ਬਣ ਜਾਂਦੇ ਨੇ, ਡਿਊਟੀ ਕਾਡਰ ਸਿਰਜਣਾ ਸ਼ੁਰੂ ਕਰ ਲਿਆ ਉਹਨਾਂ ਨੇ ਜੀ। ਜਿੱਥੇ ਤੱਕ ਸਵਾਲ ਮਾਲੀ ਸਾਹਿਬ ਇਹ ਕਿ ਭਗਵੰਤ ਮਾਨ ਹੋਰਾਂ ਨੇ ਮੇਰੇ ਖਿਆਲ 'ਚ ਪਹਿਲੀ ਵਾਰੀ ਕਿਸੇ ਮੁੱਖ ਮੰਤਰੀ ਨੇ ਵਿਧਾਨ ਸਭਾ 'ਚ ਇਸ ਗੱਲ ਦਾ ਖੁਲਾਸਾ ਕੀਤਾ ਕਿ ਕੇਂਦਰ ਸਾਡੇ ਤੋਂ ਇੱਥੇ ਜਿਵੇਂ ਪਠਾਨਕੋਟ ਦਾ ਹਮਲਾ ਹੋਇਆ ਤੇ ਸਾਡੇ ਤੋਂ ਕਹਿੰਦੇ ਪੈਸੇ ਮੰਗੇ ਗਏ ਕਿ ਖਰਚਾ ਤੁਸੀਂ ਭਰਨਾ ਆਰਮੀ ਦਾ, ਪਰ ਜਿਹੜਾ ਕਰਜ਼ਾ ਪੰਜਾਬ ਤੇ ਪਹਿਲਾਂ ਚੜਿਆ 84 ਤੋਂ ਬਾਅਦ ਜੋ ਕੁਝ ਹੋਇਆ ਉਦੋਂ ਆਰਮੀ ਦਾ ਖਰਚਾ, ਉਹ ਵੀ ਤਾਂ ਪੰਜਾਬ ਦੇ ਪੇਟੇ ਪਾਇਆ ਗਿਆ। ਬਹੁਤ ਵੱਡਾ ਹਿੱਸਾ ਸੀ ਜਿਹੜਾ ਉਹਦਾ ਪੰਜਾਬ ਨੂੰ ਭਰਨਾ ਪਿਆ। ਜਦੋਂ ਇੰਦਰ ਕੁਮਾਰ ਗੁਜਰਾਲ ਦੀ ਸਰਕਾਰ ਆਈ ਉਦੋਂ ਤੇ ਦਬਾਅ ਪਾਇਆ ਤਾਂ ਕਾਫੀ ਹਿੱਸਾ ਉਹਨੇ ਮਤਲਬ ਉਹਦਾ ਮਾਫ ਕੀਤਾ ਬਾਅਦ ਦੇ ਵਿੱਚ। ਇਹ ਭਗਵੰਤ ਮਾਨ ਨੇ ਗੱਲ ਤਾਂ ਕਹੀ ਆ ਵੀ ਮੁਲਕ ਨੂੰ ਜਦੋਂ ਲੋੜ ਪੈਂਦੀ ਆ ਉਦੋਂ ਪੰਜਾਬ ਕੁਰਬਾਨੀ ਦਿੰਦਾ, ਪਰ ਜਦੋਂ ਪੰਜਾਬ ਨੂੰ ਲੋੜ ਪੈਂਦੀ ਆ ਤਾਂ ਕੇਂਦਰ ਪਿੱਛੇ ਹੱਥ ਖਿੱਚ ਲੈਂਦਾ। ਤੁਸੀਂ ਇਹ ਦੇਖੋ ਅੱਜ ਕਿੰਨਾ ਸਹੀ ਗਲਤ ਆ ਵੀ 35,000 ਕਰੋੜ ਦਾ ਕਰਜ਼ਾ ਤਾਂ ਕਹਿੰਦੇ ਆ ਨਵੀਂ ਸਰਕਾਰ ਦੇ ਹੁੰਦੇ ਇਹਨਾਂ ਦਿਨਾਂ ਦੇ ਵਿੱਚ ਵੀ ਉਹ ਕਰਜ਼ੇ ਦੇ ਪ੍ਰਬੰਧ ਹੋਏ ਨੇ, ਕੋਈ ਅੰਕੜਾ ਜਿਹਾ ਆ ਰਿਹਾ ਪੂਰੀ ਤਰ੍ਹਾਂ ਮੈਨੂੰ ਹਾਲੇ ਸਪਸ਼ਟ ਨਹੀਂ। ਜਾਂਦੇ ਜਾਂਦੇ ਬਾਦਲ ਸਾਹਿਬ 31,000 ਕਰੋੜ ਜਿਹੜਾ ਇਹ ਜਿਹੜਾ ਕਹਿੰਦੇ ਸਾਡਾ ਮੰਡੀ ਪ੍ਰਬੰਧ ਬਹੁਤ ਵਧੀਆ, ਬਿਨਾਂ ਸ਼ੱਕ ਬਹੁਤ ਵਧੀਆ, ਪਰ ਸਭ ਤੋਂ ਵੱਧ ਕਰਪਟ ਵੀ ਪੰਜਾਬ ਦਾ ਮੰਡੀ ਸਿਸਟਮ ਆ। 10 ਸਾਲ ਮੰਤਰੀ ਰਿਹਾ ਸੀ ਆਦੇਸ਼ ਪ੍ਰਤਾਪ ਕੈਰੋਂ, ਗੈਪ ਸੀ, ਸਰਕਾਰ ਨੇ ਕਿੰਨੇ ਪੈਸੇ ਦਿੱਤੇ, ਤੁਸੀਂ ਵਾਪਸ ਅਨਾਜ ਕਿੰਨਾ ਦਿੱਤਾ, ਇਹਦੇ ਵਿੱਚੋਂ ਬਾਕੀ ਪੈਸਾ ਕਿੱਧਰ ਗਿਆ, ਇਨਕੁਆਇਰੀ ਦਾ ਮਸਲਾ ਸੀ, ਮਨਪ੍ਰੀਤ ਨੇ ਧਾਹਾਂ ਮਾਰ ਕੇ ਪੰਜਾਬ ਵਿਧਾਨ ਸਭਾ 'ਚੋਂ ਮਸਲਾ ਉਠਾਇਆ ਸੀ ਤੇ ਸਾਡੇ ਤੇ ਇਹਦਾ ਅਸਰ ਕੀ ਪਊਗਾ, ਕੈਪਟਨ ਅਮਰਿੰਦਰ ਨੇ ਜਾਂਚ ਦੇ ਹੁਕਮ ਵੀ ਦੇ ਤੇ ਸੀ, ਬਸ ਕਾਗਜ਼ਾਂ 'ਚ ਰਹਿ ਗਈ ਗੱਲ, ਕੁਛ ਨਹੀਂ ਹੋਇਆ। ਸੋ ਇਸ ਕਰਕੇ ਜਿਹੜੇ ਇਹ ਆ ਕਹਿੰਦੇ ਆ ਮੁਲਕ ਦੀ ਲੜਾਈ ਆ, ਬਾਹਰਲੇ ਮੁਲਕ ਦੇ ਨਾਲ ਲੜਾਈ ਆ, ਤੇ ਸਾਰੀਆਂ ਸੈਨਾਵਾਂ ਇਹ ਭੇਜਦੇ ਨੇ ਤੇ ਉਹਦਾ ਖਰਚਾ ਪੰਜਾਬ ਦਿੰਦਾ। ਹੁਣ ਵੀ ਪੰਜਾਬ ਤੇ ਹਰਿਆਣਾ ਹਿਮਾਚਲ ਤੋਂ ਮਤਲਬ ਪ੍ਰਬੰਧ ਦੇ ਵਿੱਚ ਜਿਹੜੀ ਪੁਲਿਸ ਫੋਰਸ ਰੱਖਿਆ ਕਰਦੀ ਸੀ ਉਹ ਵਾਪਸ ਬੁਲਾ ਲਈ, ਲਾਤੀ ਸੈਂਟਰਲ ਸਿਕਿਉਰਿਟੀ ਜਿਹੜੀ ਫੋਰਸ ਆ, ਤੇ ਉਹਦਾ ਖਰਚਾ ਜਿਹੜਾ ਪੰਜਾਬ ਤੇ ਹਿਮਾਚਲ ਦੇਣਗੇ। ਇਹ ਤਾਂ ਕਰੇ ਰਹੇ ਨੇ ਜੀ, ਜਿਵੇਂ ਕਹਿੰਦੇ ਆ ਖਾਣ ਪੀਣ ਨੂੰ ਬਾਂਦਰੀ ਤੇ ਡੰਡੇ ਖਾਣ ਨੂੰ ਰਿੱਛ, ਉਹ ਹਾਲ ਬਣਿਆ ਹੋਇਆ ਕੇਂਦਰ ਤੇ ਰਾਜਾਂ ਦੇ ਸੰਬੰਧ ਦੇ ਵਿੱਚ। ਤੁਸੀਂ ਵੇਖ ਲਓ ਕੋਈ ਵੀ ਚੀਜ਼ ਹੁੰਦੀ ਆ ਉਹਦੇ, ਫਿਰ ਸੈਂਟਰ ਕੋਲੇ ਕੀ ਆ ਜੀ, ਤੁਸੀਂ ਜਿੱਥੇ ਫੌਜ ਭੇਜਦੇ ਹੋ, ਜਿੱਥੇ ਤੁਸੀਂ CRP ਭੇਜਦੇ ਹੋ, ਉਹਨਾਂ ਦੇ ਖਰਚੇ ਤੁਸੀਂ ਰਾਜਾਂ ਤੋਂ ਵਸੂਲੀ ਜਾਂਦੇ ਹੋ, ਸਾਰਾ ਟੈਕਸ ਇਕੱਠਾ ਕਰਨ ਦਾ ਅਧਿਕਾਰ GST ਰਾਹੀਂ ਤੁਸੀਂ ਆਪਦੇ ਕੋਲੇ ਲੈ ਲਿਆ, ਸੂਬੇ ਮੰਗ ਤੇ ਬਣਾ ਤੇ। ਤੁਹਾਡੇ ਯਾਦ ਹੋ ਉਦੋਂ ਨਵਜੋਤ ਸਿੰਘ ਸਿੱਧੂ ਬੜੇ ਜ਼ੋਰ ਨਾਲ ਬੋਲਿਆ ਸੀ ਵੀ GST ਆ ਜਿਹੜੀ ਇਹ ਮੰਗ ਤੇ ਬਣਾ ਦੂ ਰਾਜਾਂ ਨੂੰ, ਤੇ ਮਨਪ੍ਰੀਤ ਬਾਦਲ ਜਿਹੜਾ ਖਜ਼ਾਨਾ ਮੰਤਰੀ ਸੀ ਜਿਹੜਾ ਕਹਿੰਦਾ ਸੀ ਮੈਂ ਵਿਦੇਸ਼ ਤੋਂ ਪੜ੍ਹ ਕੇ ਆਇਆ, ਉਹ ਕਹਿੰਦਾ ਸੀ ਸਭ ਤੋਂ ਵੱਧ ਇਹਦਾ ਲਾਭ ਪੰਜਾਬ ਨੂੰ ਹੋਣਾ। ਹੁਣ ਹੱਥਾਂ ਨਾਲ ਦਿੱਤੀਆਂ ਦੰਦਾਂ ਨਾਲ ਖੋਲਣੀਆਂ ਪੈਣਗੀਆਂ ਜਿਹੜੇ ਪਾਸੇ ਨੂੰ ਕੰਮ ਜਾ ਰਿਹਾ,
ਜੀ ਸੁਖਵਿੰਦਰ ਜੀ ਮਾਲੀ ਸਾਹਿਬ ਮੇਰਾ ਆਖਰੀ ਸਵਾਲ ਹੈ ਕਿ ਇਹ ਜਿਹੜਾ ਮਸਲਾ ਹੈ ਚੰਡੀਗੜ੍ਹ ਦਾ ਇਹ ਅੱਜ ਦਾ ਨਹੀਂ ਹੈ ਤਾਂ ਪੁਰਾਣਾ ਪਰ ਇਹ ਮੰਗਦਾ ਹੈ ਕੁਰਬਾਨੀ ਇਹ ਮੰਗਦਾ ਹੈ ਸੰਘਰਸ਼ ਇਹ ਮੰਗਦਾ ਹੈ ਉਸ ਤਰੀਕੇ ਦਾ ਅੰਦੋਲਨ ਜਿਵੇਂ ਦਾ ਦਿੱਲੀ ਦੀਆਂ ਬਰੂਹਾਂ ਤੇ ਕੀਤਾ ਪਰ ਅੱਜ ਕੋਈ ਤੁਹਾਡੀ ਨਜ਼ਰੇ ਪੈਂਦਾ ਕਿ ਜਿਹੜਾ ਇਸ ਕਿਸਮ ਦੀ ਕੁਰਬਾਨੀ ਭਾਵੇਂ ਉਹ ਕੁਰਸੀ ਦੀ ਹੋਵੇ ਭਾਵੇਂ ਉਹ ਜਾਨ ਦੀ ਵੀ ਦੇਣੀ ਪਵੇ ਜਾਂ ਇਸ ਕਿਸਮ ਦਾ ਜਿਹੜਾ ਅੰਦੋਲਨ ਖੜਾ ਕੀਤਾ ਜਾ ਸਕੇ ਇਸ ਮਸਲੇ ਦੇ ਉੱਤੇ ਜਾਂ ਫਿਰ ਉਹੀ ਕਿ ਲਿਪਾ ਪੋਚੀ ਕਰ ਦਿਓ ਮਤੇ ਪਾਸ ਕਰ ਦਿਓ ਤੇ ਅਖਬਾਰਾਂ 'ਚ ਸੁਰਖੀਆਂ 'ਚ ਬਣੇ ਰਹੋ ਮੈਂ ਜਿਵੇਂ ਤੁਹਾਨੂੰ ਪਹਿਲੀ ਦੱਸਿਆ ਸੁਖਵਿੰਦਰ ਜੀ ਇਹ ਸਿਆਸੀ ਪਾਰਟੀਆਂ ਮਨੋ ਮਨੀ ਚੰਡੀਗੜ੍ਹ ਤੋਂ ਆਪਦਾ ਹੱਕ ਛੱਡੀ ਬੈਠੀਆਂ ਨੇ ਇਸੇ ਕਰਕੇ ਦਫ਼ਤਰ ਬਦਲੇ ਨੇ ਪਰ ਕਿਉਂਕਿ ਚੰਡੀਗੜ੍ਹ ਇੱਕ ਬਹੁਤ ਵਧੀਆ ਸ਼ਹਿਰ ਆ ਤੇ ਸਾਰੇ ਅਮੀਰਾਂ ਦੀਆਂ ਕੋਠੀਆਂ ਸਾਰਿਆਂ ਦੇ ਫਲੈਟ ਸਾਰਿਆਂ ਦੀ ਰਹਿਸ਼ਾਂ ਸਾਰਿਆਂ ਦੇ ਬੱਚਿਆਂ ਦੀਆਂ ਪੜ੍ਹਾਈਆਂ ਜਾਂ ਡਾਕਟਰੀ ਸਹੂਲਤਾਂ ਚਾਹੇ ਉਹ ਵਿਦੇਸ਼ 'ਚ ਵੀ ਜਾਂਦੇ ਨੇ ਸਾਰੇ ਚੰਡੀਗੜ੍ਹ 'ਚੋਂ ਲੈਂਦੇ ਨੇ ਸੋ ਇਸ ਕਰਕੇ ਇਹਨਾਂ ਨੇ ਵੱਡੀ ਸਭ ਤੋਂ ਲੋੜ ਕੀ ਆ ਵੱਡੀ ਸਭ ਤੋਂ ਲੋੜ ਆ ਫੈਡਰਲ ਢਾਂਚੇ ਦੀ ਸਿਆਸਤ ਨੂੰ ਸਮਝਣ ਦੀ ਲੋੜ ਆ ਜਿੰਨੀ ਤੁਹਾਨੂੰ ਉਹਦੇ ਬਾਰੇ ਸਪਸ਼ਟਤਾ ਹੋਈ ਜਾਊਗੀ ਓਨੀ ਤੁਸੀਂ ਅੰਦੋਲਨ ਵੀ ਕਾਰਗਰ ਤਰੀਕੇ ਨਾਲ ਲੜ ਲਓਗੇ ਹੁਣ ਕਿਸਾਨ ਅੰਦੋਲਨ ਨੇ ਕਿੱਥੋਂ ਚੱਲ ਕੇ ਇੱਕ ਸਮਝ ਹਾਸਲ ਕਰ ਲਈ ਸੀ ਫੈਡਰਲ ਢਾਂਚੇ ਤੇ ਹਮਲਾ ਰਾਜਾਂ ਦੇ ਹੱਕਾਂ ਤੇ ਹਮਲਾ ਤੇ ਦੂਜਾ ਰਾਹ ਬਣਾ ਲਿਆ ਸੀ ਉਹਨਾਂ ਨੇ ਪੁਰਅਮਨ ਤੇ ਸ਼ਾਂਤੀ ਦਾ ਐਡੀ ਲਾਮਬੰਦੀ ਕੀਤੀ ਜੰਗ ਜਿੱਤੀ ਨਾ ਜੀ ਇਤਿਹਾਸਕ ਜੰਗ ਜਿੱਤੀ ਸੋ ਪਹਿਲੀ ਗੱਲ ਆ ਸਮਝ ਦੀ ਸਪਸ਼ਟਤਾ ਦੀ ਲੋੜ ਆ ਸਾਡੇ ਹੱਥਾਂ 'ਚੋਂ ਇਹ ਸਾਰਾ ਅੱਕਾਂ ਦੇ ਭੰਬੂਆਂ ਵਾਂਗੂ ਕਿਉਂ ਕਿਰ ਗਿਆ ਪੰਜਾਬ ਦੇ ਹੱਕ ਪੰਜਾਬ ਦੀ ਸਿਆਸਤ ਪੰਜਾਬ ਦਾ ਸੱਭਿਆਚਾਰ ਪੰਜਾਬ ਦੀ ਬੋਲੀ ਇਹਦੇ ਬਾਰੇ ਸਮਝਣ ਦੀ ਲੋੜ ਆ ਉਹ ਸਿਆਸਤ ਅਪਣਾਉਣ ਦੀ ਲੋੜ ਆ ਕਿਉਂਕਿ ਸਹੀ ਵਿਚਾਰਾਂ ਦੀ ਰੋਸ਼ਨੀ ਬਿਨਾਂ ਅਮਲ ਹਨੇਰੇ 'ਚ ਟੱਕਰਾਂ ਮਾਰਨਾ ਹੁੰਦਾ ਇਸ ਕਰਕੇ ਸਭ ਤੋਂ ਪਹਿਲਾਂ ਸਾਡੇ ਨਾਲ ਬੇਇਨਸਾਫੀਆਂ ਕੀ ਹੋਈਆਂ ਨੇ ਗੈਰ ਸੰਵਿਧਾਨਕ ਧੱਕੇ ਕੀ ਕੀਤੇ ਗਏ ਨੇ ਸਾਡੇ ਹੱਕ ਕੀ ਬਣਦੇ ਨੇ ਉਹਦੇ ਲਈ ਸਾਡੀ ਨਾ ਹਰਿਆਣੇ ਨਾਲ ਲੜਾਈ ਆ ਨਾ ਹਿਮਾਚਲ ਦੇ ਨਾਲ ਲੜਾਈ ਆ ਸਮਾਂ ਤੇ ਦੋਹਾਂ ਸੂਬਿਆਂ ਦੀ ਸਾਂਝੀ ਲੜਾਈ ਬਣਦੀ ਆ ਰਾਜਧਾਨੀ ਪੰਜਾਬ ਨੂੰ ਮਿਲੇ ਹਰਿਆਣੇ ਦੀ ਰਾਜਧਾਨੀ ਏਦੋਂ ਵਧੀਆ ਸ਼ਾਨਦਾਰ ਉਸਾਰ ਦੋ ਜੀ ਕਿਸੇ ਨੂੰ ਕੀ ਇਤਰਾਜ਼ ਆ ਇਹ ਤਾਂ ਹਾਲੇ ਪੰਜਾਬ ਦੇ ਵਿੱਚ ਵੀ ਕਿੰਨੀ ਵਾਰ ਇਹ ਗੱਲ ਉੱਠੀ ਆ ਵੀ ਇੱਕ ਸਿਰੇ ਤੇ ਆ ਰਾਜਧਾਨੀ ਸੈਂਟਰ 'ਚ ਹੋਣੀ ਚਾਹੀਦੀ ਹੈ ਇੱਕ ਵਾਰ ਲੁਧਿਆਣਾ ਬਣਾਉਣ ਦੀਆਂ ਗੱਲਾਂ ਵੀ ਚੱਲੀਆਂ ਸੀ ਪੈਸਿਆਂ ਦੀਆਂ ਗੱਲਾਂ ਵੀ ਚੱਲੀਆਂ ਸੀ ਉਹਨਾਂ ਨੂੰ ਵੀ ਚਲੋ ਹੁਣ ਆਵਾਜਾਈ ਦੇ ਸਾਧਨ ਬਹੁਤ ਹੋ ਗਏ ਇਸ ਕਰਕੇ ਹੁਣ ਚਾਹੇ ਚੰਡੀਗੜ੍ਹ ਆ ਆਪਦੀ ਇਹਦੀ ਅਹਿਮੀਅਤ ਆ ਪੰਜਾਬ ਦੇ ਇਤਿਹਾਸ ਦੇ ਵਿੱਚ ਬਹੁਤ ਅਹਿਮੀਅਤ ਆ ਰਾਜ ਹਰ ਇੱਕ ਦੀ ਰਾਜਧਾਨੀ ਦੀ ਹੁੰਦੀ ਆ ਈਵਨ ਆਮ ਆਦਮੀ ਪਾਰਟੀ ਦੇ ਸੰਜੇ ਸਿੰਘ ਨੇ ਰਾਜ ਸਭਾ 'ਚ ਇਹ ਮਸਲਾ ਬੜਾ ਕਮਾਲ ਦੇ ਤਰੀਕੇ ਨਾਲ ਉਠਾਇਆ ਵੀ ਉਹ ਪੰਜਾਬ ਜਿਹਦੀ ਆਹ ਅਹਿਮੀਅਤ ਆ ਦੁਨੀਆਂ ਦੇ ਵਿੱਚ ਦੇਸ਼ ਦੇ ਵਿੱਚ ਉਹਦੀ ਰਾਜਧਾਨੀ ਨਹੀਂ ਅੱਜ ਤੱਕ ਤੁਸੀਂ 66 ਤੋਂ ਦੇਖ ਲਓ ਮਤਲਬ ਕਿੰਨੇ ਸਾਲ ਉਹ ਹੋ ਗਏ 34 ਸਾਲ ਉਹ ਹੋ ਗਏ ਤੇ 22 ਇਹ ਹੋ ਗਏ ਇੰਨਾ ਚਿਰ ਦੀ ਰਾਜਧਾਨੀ ਬਗੈਰ ਤੁਸੀਂ ਇੱਕ ਸੂਬੇ ਨੂੰ ਰੱਖਿਆ ਹੋਇਆ ਇਹ ਕਿੱਥੋਂ ਦਾ ਇਨਸਾਫ਼ ਆ ਸੋ ਇਹਦੇ ਬਾਰੇ ਸਮਝ ਦੀ ਸਪਸ਼ਟਤਾ ਦੀ ਲੋੜ ਆ ਇਹਦੇ ਬਾਰੇ ਸਾਰੇ ਪਾਸਿਆਂ ਤੋਂ ਅੰਦੋਲਨ ਦੀ ਲੋੜ ਆ ਜਦੋਂ ਸਪਸ਼ਟਤਾ ਨਾਲ ਤੁਸੀਂ ਅੰਦੋਲਨ ਦੇ ਰਾਹ 'ਚ ਤੁਰੋਗੇ ਫਿਰ ਕੁਰਬਾਨੀ ਵਾਲੇ ਵੀ ਨਿਕਲ ਆਉਣਗੇ ਫਿਰ ਲੜਨ ਵਾਲੇ ਵੀ ਨਿਕਲ ਆਉਣਗੇ ਹਰ ਤਰ੍ਹਾਂ ਦੀਆਂ ਫੋਰਸਾਂ ਨੇ ਜਿਹੜੀਆਂ ਜਦੋਂ ਵੀ ਕਿਤੇ ਪੰਜਾਬ 'ਚ ਅੰਦੋਲਨ ਹੋਇਆ ਉਹ 'ਚ ਵਕੀਲ ਵੀ ਬੁੱਧੀਜੀਵੀ ਵੀ ਸਭ ਫਿਰ ਸਾਬਕਾ ਫੌਜੀ ਵੀ ਸਭ ਆਪੋ ਆਪਣਾ ਰੋਲ ਨਿਭਾਉਣ ਲਈ ਆ ਜਾਂਦੇ ਨੇ ਤੇ ਮੁਲਕ ਦੇ ਵਿੱਚੋਂ ਵੀ ਜਿਹੜੇ ਡੈਮੋਕਰੇਟਿਕ ਲੋਕ ਨੇ ਉਹ ਵੀ ਹਮਾਇਤ ਦੇ ਵਿੱਚ ਆ ਜਾਂਦੇ ਨੇ ਕਿਉਂਕਿ ਭਾਰਤ ਦੇ ਵਿੱਚ ਜਿਉਂ ਜਿਉਂ ਫੈਡਰਲਿਜ਼ਮ ਖਤਮ ਹੋਇਆ ਤਿਉਂ ਤਿਉਂ ਜਮਹੂਰੀਅਤ ਖਤਮ ਹੋਈ ਆ 1975 ਦੀ ਐਮਰਜੈਂਸੀ ਆਧਾਰ ਨਾਲ ਇੱਕ ਯੁੱਗ ਸੀ ਉਦੋਂ ਉਹ ਤੋਂ ਬਾਅਦ ਹੋਣ ਵਾਲਾ ਦੂਜਾ ਯੁੱਗ ਆ ਕਿੱਥੇ ਆ ਜਮਹੂਰੀਅਤ ਸਾਰੇ ਕਹੀ ਜਾਂਦੇ ਨੇ ਕੋਆਪਰੇਟਿਵ ਫੈਡਰਲਿਜ਼ਮ ਕੋਆਪਰੇਟਿਵ ਫੈਡਰਲਿਜ਼ਮ ਆਪਦੇ ਆਪ ਹੀ ਕੋਆਪਰੇਟਿਵ ਹੁੰਦਾ ਬਰਾਬਰਤਾ ਦੇ ਆਧਾਰ ਤੇ ਹੁੰਦਾ ਸੋ ਇਹ ਗੱਲਾਂ ਨੂੰ ਨਤਾਰਨ ਸਮਝਣ ਦੀ ਲੋੜ ਆ ਹਾਲੇ ਤੱਕ ਤਾਂ ਬਹੁਤੀਆਂ ਪਾਰਟੀਆਂ ਇਹ ਵੀ ਨਹੀਂ ਪੋਜੀਸ਼ਨ ਲੈਂਦੀਆਂ ਵੀ ਜਿਹੜੇ ਖੇਤੀ ਕਾਨੂੰਨ ਸੀ ਉਹ ਰਾਜਾਂ ਦੇ ਹੱਕਾਂ ਤੇ ਹਮਲਾ ਸੀ ਜੇ ਪੰਜਾਬ ਵਿਧਾਨ ਸਭਾ 'ਚ ਇਹ ਮਤਾ ਦੁਬਾਰੇ ਪਾਸ ਕਰਨਾ ਪਿਆ ਤੁਸੀਂ ਇਹ ਸੋਚੋ ਆਲ ਇੰਡੀਆ ਲੈਵਲ ਤੇ ਪਾਰਟੀਆਂ ਦੀ ਇਹ ਸਪਸ਼ਟ ਵੀ ਪੋਜੀਸ਼ਨਾਂ ਨਹੀਂ ਹੈਗੀਆਂ ਖੇਤੀ ਕਾਨੂੰਨਾਂ ਬਾਰੇ ਸੋ ਠੀਕ ਆ ਤੁਹਾਡੀ ਗੱਲ ਅੰਦੋਲਨ ਦੀ ਲੋੜ ਆ ਅੰਦੋਲਨ ਪਹਿਲਾਂ ਹੋ ਜਾਂਦੇ ਨੇ ਕਿਸਾਨ ਅੰਦੋਲਨ ਨੇ ਆਸ ਜਗਾਤੀ ਲੋਕਾਂ 'ਚ ਅੰਦੋਲਨ ਲੜੇ ਜਾ ਸਕਦੇ ਨੇ ਤੇ ਜਿੱਤੇ ਜਾ ਸਕਦੇ ਨੇ ਤੇ ਪੰਜਾਬੀ ਤੇ ਪੰਜਾਬੀਆਂ ਦੇ ਵਿੱਚ ਇੱਕ ਕਣ ਹੈ ਕਿ ਉਹ ਫੈਡਰਲ ਢਾਂਚੇ ਦੀ ਲੜਾਈ ਲੜ ਸਕਦੇ ਨੇ ਤੇ ਅੱਗੇ ਵਧਾ ਸਕਦੇ ਨੇ ਤੇ ਮੁਲਕ ਨੇ ਫਿਰ ਉਹਨਾਂ ਨੂੰ ਉਹੀ ਸ਼ਾਬਾਸ਼ੇ ਦੇਣੀ ਆ ਕਿ ਇਹ ਜਿਹੜਾ ਕੌਮਾਂ ਦੀ ਜੇਲ੍ਹ ਬਣਾਇਆ ਪਿਆ ਇਹਨਾਂ ਨੇ ਇੰਨੀਆਂ ਕੌਮਾਂ ਦੀ ਜੇਲ੍ਹ ਬਣਾਇਆ ਹੋਇਆ ਇੱਕ ਸੰਵਿਧਾਨਕ ਢਾਂਚੇ ਰਾਹੀਂ ਇਹ ਜੇਲ੍ਹ ਤੋਂ ਜਦੋਂ ਮੁਕਤੀ ਮਿਲੂ ਜਦੋਂ ਸਹੀ ਅਰਥਾਂ 'ਚ ਫੈਡਰਲ ਢਾਂਚਾ ਮਿਲੂ ਤਾਂ ਲੋਕਾਂ 'ਚ ਆਪਸੀ ਪਿਆਰ ਏਕਤਾ ਵੀ ਵਧੂਗੀ ਜੀ ਸ਼ੁਕਰੀਆ ਮਾਲੀ ਸਾਹਿਬ ਧੰਨਵਾਦ ਤੁਹਾਡਾ
ਸੋ ਮੇਰੇ ਨਾਲ ਮੌਜੂਦ ਸਰ ਹੋਗੇ ਸਿਆਸੀ ਮਾਹਰ ਮਾਲਵਿੰਦਰ ਸਿੰਘ ਮਾਲੀ। ਚੰਡੀਗੜ੍ਹ ਪੰਜਾਬ ਦਾ ਹੈ ਤੇ ਪੰਜਾਬ ਦਾ ਰਹੇਗਾ, ਇਹਨੂੰ ਲੈ ਕੇ ਸਿਆਸੀ ਪਾਰਟੀਆਂ ਦੇ ਵਿੱਚ ਲਗਾਤਾਰ ਕਸ਼ਮਕਸ਼। ਹਰਿਆਣਾ ਕੁਝ ਹੋਰ ਕਹਿੰਦਾ, ਪੰਜਾਬ ਕੁਝ ਹੋਰ ਕਹਿੰਦਾ, ਪਰ ਇਹ ਗੱਲ ਸਿਰਫ ਸਿਆਸੀ ਪਾਰਟੀਆਂ ਤੱਕ ਸੀਮਤ ਹੈ। ਲੋਕ ਇਹਨੂੰ ਲੈ ਕੇ ਕੀ ਸੋਚਦੇ ਨੇ ਉਹ ਇੱਕ ਵੱਖਰੀ ਧਾਰਨਾ। ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਤਖ਼ਤ ਪੰਜਾਬ ਨੂੰ ਸਬਸਕ੍ਰਾਈਬ ਕਰੋ, ਮੈਨੂੰ ਇਜਾਜ਼ਤ ਦਿਓ। ਧੰਨਵਾਦ।